ਸਟੇਜਾਂ ਦੇ ਉੱਤੇ ਤਕਰੀਰਾਂ, ਬਰਗਾੜੀ ਇਨਸਾਫ ਮੋਰਚਾ, ਵੱਡੇ ਵੱਡੇ ਲੇਖ, ਵੱਡੇ ਵੱਡੇ ਭਾਸ਼ਣ, ਉਹ ਸਾਰੇ ਫੇਲ ਹੋ ਜਾਂਦੇ ਨੇ ਕਾਨੂੰਨ ਦੇ ਮੂਹਰੇ। ਕੋਟਕਪੂਰੇ ਜਦੋਂ ਗੋਲੀ ਚੱਲਦੀ ਹੈ ਸਵੇਰੇ 7 ਵਜੇ, ਉਸ ਤੋਂ ਬਾਅਦ ਸਾਰੀ ਭੀੜ ਤਿੱਤਰ ਬਿੱਤਰ ਹੋ ਜਾਂਦੀ ਹੈ। ਤਿੱਤਰ ਬਿੱਤਰ ਹੋ ਕੇ ਉਹ ਸਾਰੀ ਬਹਿਬਲ ਕਲਾਂ ਪਹੁੰਚ ਜਾਂਦੀ ਹੈ। ਬਹਿਬਲ ਕਲਾਂ ਦੇ ਨੇੜੇ ਜੋ ਚਾਹੇ ਬਰਗਾੜੀ 'ਚ ਚੌਂਕੀ ਹੈ, ਪੁਲਿਸ ਚੌਂਕੀ ਹੈ ਜਾਂ ਕਿਤੇ ਹੈ, ਉਹ ਉਸਨੂੰ ਘੇਰ ਲੈਂਦੀ ਹੈ। ਤਾਂ ਉੱਥੇ ਪਰਮਰਾਜ ਸਿੰਘ ਉਮਰਾ ਨੰਗਲ ਜੋ ਨੇ ਕਮਾਂਡ ਕਰ ਰਹੇ ਨੇ, ਜੋ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ QRT, ਇੱਕ ਲੁਧਿਆਣੇ ਦਾ SPD ਹੈ, QRT ਕਿਊਕ ਰਿਐਕਸ਼ਨ ਟੀਮ ਜਿਹਨੂੰ ਆਪਾਂ ਕਹਿੰਦੇ ਹਾਂ, ਕਿਊਕ ਰਿਸਪੋਂਸ ਟੀਮ, QRT ਉਹਨਾਂ ਨੇ 200 ਬੰਦਿਆਂ ਦੀ ਬਹਿਬਲ ਕਲਾਂ ਭੇਜੀ। ਨਾਲ ਹੀ ਚਰਨਜੀਤ ਸ਼ਰਮਾ ਜੋ ਉਹਨਾਂ ਦੇ ਨੇੜੇ ਬੈਠਾ, ਜੋ ਉਹ ਕਹਿ ਰਹੇ ਨੇ ਕਿ ਉਹਨਾਂ ਨੇ ਚਰਨਜੀਤ ਸ਼ਰਮਾ ਨੂੰ ਵੀ ਉੱਥੇ ਭੇਜਤਾ, ਅਤੇ ਚਰਨਜੀਤ ਸ਼ਰਮਾ ਉਸ ਵਕਤ ਮੋਗੇ ਦਾ SSP ਸੀ, ਪਰ ਉਹ ਉੱਥੇ ਡਿਪਿਊਟ ਸੀਗਾ, ਤਾਂ ਉਸਨੂੰ ਉੱਥੇ ਭੇਜਤਾ। ਤਾਂ ਉੱਥੇ ਉਹ ਕਾਨੂੰਨ ਦੇ ਕੋਲ ਅਦਾਲਤ ਦੇ ਵਿੱਚ ਕਹਿ ਰਹੇ ਨੇ ਕਿ ਸਾਨੂੰ ਘੇਰਾ ਪੈ ਗਿਆ, ਸਾਡੇ 'ਤੇ ਡਾਂਗਾ ਉੱਲਰ ਕੇ ਆ ਰਹੀਆਂ ਸੀਗੀਆਂ। ਜਲ੍ਹਿਆਂ ਵਾਲੇ ਬਾਗ ਦਾ ਵੀ ਇਨਸਾਫ ਨਹੀਂ ਮਿਲਿਆ ਸੀ, ਭਾਵੇਂ ਕਿ ਬ੍ਰਿਟੇਨ ਜੋ ਕਿ ਸਭ ਤੋਂ ਵੱਡਾ ਸੰਵਿਧਾਨਕ, ਜਿਹਦਾ ਸੰਵਿਧਾਨ ਅਸੀਂ ਵੀ ਫੋਲੋ ਕੀਤਾ ਮੁੜ ਕੇ, ਅਤੇ ਉਹ ਸੀ, ਤਾਂ ਉਹ ਵੀ ਊਧਮ ਸਿੰਘ ਨੂੰ ਜਾ ਕੇ ਉੱਥੇ ਜਾ ਕੇ ਉਸਦਾ ਬਦਲਾ ਲੈਣਾ ਪਿਆ ਸੀ। ਕੀ ਬਰਗਾੜੀ ਦਾ ਇਨਸਾਫ ਮਿਲੇਗਾ? ਇੱਕ ਘਟਨਾ ਜੋ ਬਹਿਬਲ ਕਲਾਂ ਗੋਲੀਕਾਂਡ ਹੋਇਆ, ਉਹਦੀਆਂ 2 FIR ਹੋ ਗਈਆਂ। ਪਹਿਲੀ FIR ਸੇਮ ਡੇ ਹੁੰਦੀ ਹੈ ਉਹਨਾਂ ਮੋਰਚੇ ਵਾਲਿਆਂ ਦੇ ਖਿਲਾਫ, 5-6 ਦਿਨਾਂ ਬਾਅਦ ਇੱਕ ਹੋਰ FIR ਹੋ ਜਾਂਦੀ ਹੈ ਪੁਲਿਸ ਵਾਲਿਆਂ ਦੇ ਖਿਲਾਫ। ਤੁਹਾਡਾ ਤਜਰਬਾ ਕੀ ਕਹਿੰਦਾ ਕਿ ਬਹਿਬਲ ਕਲਾਂ 'ਚ ਉਸ ਦਿਨ ਹੋਇਆ ਕੀ ਸੀ? ਤੁਹਾਡਾ ਤਜਰਬਾ ਕੀ ਕਹਿੰਦਾ? ਆਈ ਵਾਂਟ ਟੂ ਨੋ ਵਟ ਇਜ਼ ਯੋਰ ਵਿਊ ਪੁਆਇੰਟ ਅਬਾਊਟ ਦਾ ਬਹਿਬਲ ਕਲਾਂ ਇਨਸੀਡੈਂਟ ਦੈਟ ਹੈਪਨਿੰਗ ਦਾ ਫਾਇਰ ਜੋ ਹੋਇਆ ਵਿਊ ਪੁਆਇੰਟ ਤੇ ਚਰਨਜੀਤ ਦੇ ਨਾਮ ਨਾਲ ਸ਼ਰਮਾ ਨਾਲ ਲੱਗ ਕੇ ਵਿਰਕ, ਗਿੱਲ, ਭੁੱਲਰ, ਬਰਾੜ, ਸਿੱਧੂ, ਢਿੱਲੋਂ ਲੱਗਿਆ ਹੁੰਦਾ ਤਾਂ ਸ਼ਾਇਦ ਉਹਨੂੰ ਨਾ ਟਾਰਗੇਟ ਕੀਤਾ ਗਿਆ ਹੁੰਦਾ। ਕੀ ਇਸ ਤਰ੍ਹਾਂ ਦੀ ਪ੍ਰੈਕਟਿਸ ਹੈ ਪੰਜਾਬ ਪੁਲਿਸ ਦੇ? ਜੋ ਕੁਝ ਵਾਪਰਿਆ, ਫਾਇਰਿੰਗ ਹੋਈ ਹੈ, ਬੰਦੇ ਮਰੇ ਨੇ, ਉਸ ਵਾਸਤੇ ਦੈਨ CM, ਦੈਨ ਹੋਮ ਮਿਨਿਸਟਰ, ਦੈਨ DGP ਉਹਨੂੰ ਜ਼ਿੰਮੇਵਾਰ ਮੰਨਣਾ ਚਾਹੀਦਾ ਕਿ ਨਹੀਂ? ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਬੜਾ ਵੱਡਾ ਸਵਾਲ ਉਹਨਾਂ ਦੀ ਕਾਬਲੀਅਤ ਦੇ ਉੱਤੇ ਖੜਾ ਹੋ ਗਿਆ ਕਿ ਅਗਰ ਬਾਦਲਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਕਥਿਤ ਤੌਰ ਦੇ ਉੱਤੇ ਬਹਿਬਲ ਕਲਾਂ ਫਾਇਰਿੰਗ ਵਾਸਤੇ ਜ਼ਿੰਮੇਵਾਰ ਨੇ, ਤਾਂ ਕੈਪਟਨ ਅਮਰਿੰਦਰ ਸਿੰਘ ਵਾਸਤੇ ਕਿਹਾ ਜਾਂਦਾ ਹੈ ਕਿ ਉਹ ਬਾਦਲਾਂ ਖਿਲਾਫ ਐਕਸ਼ਨ ਨਾ ਲੈਣ ਲਈ ਜ਼ਿੰਮੇਵਾਰ ਨੇ। ਇੱਕ ਤਜਰਬੇ ਦੇ ਤੌਰ 'ਤੇ ਆਪਾਂ ਗੱਲ ਕਰੀਏ ਕਿ ਕੀ ਲੱਗਦਾ ਹੈ ਕਿ ਬਾਦਲਸ ਨੂੰ ਜੋ ਡੈਂਟ ਪੈ ਗਿਆ ਕਿ ਉਹ ਕਵਰ ਅਪ ਹੋ ਜਾਏਗਾ ਕਿ ਬਾਦਲਸ ਖਤਮ ਹੋ ਗਏ? ਬਹਿਬਲ ਕਲਾਂ ਗੋਲੀਕਾਂਡ ਦੇ ਉੱਤੇ ਸਿਆਸਤ ਬਹੁਤ ਹੋ ਰਹੀ ਹੈ, ਮੋਰਚੇ ਬਹੁਤ ਲੱਗ ਰਹੇ ਨੇ, ਇਨਸਾਫ ਮੰਗਿਆ ਜਾ ਰਿਹਾ, ਪਰ ਇਹ ਹਿੰਦੁਸਤਾਨ ਹੈ, ਹਿੰਦੁਸਤਾਨ ਦੇ ਵਿੱਚ ਕਾਨੂੰਨ ਲਾਗੂ ਹੈ, ਕਾਨੂੰਨ ਨੇ ਆਪਣੇ ਰਾਹ ਨਾਲ ਕੰਮ ਕਰਨਾ ਹੁੰਦਾ ਹੈ। ਕਾਨੂੰਨ ਹੁਣ ਤੱਕ ਕਿਸੇ ਉਸ ਵਕਤ ਦੇ DGP ਨੂੰ ਨਹੀਂ ਫੜ ਸਕਿਆ, ਕਾਨੂੰਨ ਉਸ ਵਕਤ ਦੇ ਮੁੱਖ ਮੰਤਰੀ ਨੂੰ ਨਹੀਂ ਫੜ ਸਕਿਆ, ਕਾਨੂੰਨ ਹੁਣ ਤੱਕ ਉਸ ਵਕਤ ਦੇ ਗ੍ਰਹਿ ਮੰਤਰੀ ਨੂੰ ਨਹੀਂ ਫੜ ਸਕਿਆ। ਕਾਨੂੰਨ ਨੇ ਹੁਣ ਤੱਕ ਕੀ ਕੀਤਾ ਹੈ ਕਿ ਜਿਹੜੇ ਬੰਦਿਆਂ ਦੇ ਨਾਮ ਵੀ ਆਏ ਸੀ, ਚਰਨਜੀਤ ਸ਼ਰਮਾ ਨਾਮ ਦਾ ਇੱਕ ਪੁਲਿਸ ਅਫਸਰ ਹੈ, ਉਸ ਤੋਂ ਜੂਨੀਅਰ ਅਫਸਰ ਨੇ, ਉਹਨਾਂ ਨੂੰ ਕਾਨੂੰਨ ਨੇ ਰਾਹਤ ਦਿੱਤੀ ਹੈ। ਉਸ ਵਕਤ ਦਾ DGP ਅਗਰ ਕਾਨੂੰਨ ਕੋਲ ਜਾਂਦਾ ਹੈ ਕਿ ਮੇਰੇ ਖਿਲਾਫ ਮੈਨੂੰ ਫੜਿਆ ਜਾ ਸਕਦਾ ਹੈ, ਸੁਮੇਧ ਸਿੰਘ ਸੈਣੀ, ਤਾਂ ਉਸਨੂੰ ਵੀ ਕਾਨੂੰਨ ਰਾਹਤ ਦਿੰਦਾ ਹੈ। ਇਹ ਬਹੁਤ ਵੱਡਾ ਸਵਾਲ ਹੈ ਕਿ ਅਸਲੀਅਤ ਕੀ ਹੈ। ਅਸਲੀਅਤ ਦੀ ਜਿਹੜੀ ਅਸਲੀਅਤ ਹੈ ਉਹ ਕਾਨੂੰਨ ਦੀ ਕਸਵੱਟੀ ਦੇ ਉੱਤੇ ਪਰਖੀ ਜਾਣੀ ਹੈ। ਆਪਾਂ ਸਟੇਜ ਦੇ ਉੱਤੇ ਜਿੰਨੇ ਮਰਜ਼ੀ ਭਾਸ਼ਣ ਦੇ ਲਈਏ, ਅਸੀਂ ਜਿੰਨੇ ਮਰਜ਼ੀ ਲੇਖ ਲਿਖ ਲਈਏ, ਜਿੰਨੀ ਮਰਜ਼ੀ ਤਕਰੀਰਾਂ ਕਰ ਲਈਏ, ਪਰ ਜੋ ਕੁਝ ਹੋਣਾ ਉਹ ਕਾਨੂੰਨ ਦੇ ਦਾਇਰੇ ਦੇ ਅੰਦਰ ਹੋਣਾ ਹੈ।
ਅਤੇ ਕਾਨੂੰਨ ਦਾ ਮੈਂ ਤੁਹਾਨੂੰ ਦੱਸਿਆ ਕਿ ਕਾਨੂੰਨ ਬਹਿਬਲ ਕਲਾਂ ਗੋਲੀਕਾਂਡ ਜੋ 14 ਅਕਤੂਬਰ 2015 ਨੂੰ ਵਾਪਰਿਆ, ਜਿਹਦੇ 'ਚ ਦੋ ਨੌਜਵਾਨ, ਇੱਕ ਨੌਜਵਾਨ ਸੀ ਇੱਕ ਥੋੜ੍ਹਾ ਵੱਡੀ ਉਮਰ ਦਾ ਸੀ, ਉਹ ਮਰਦੇ ਨੇ, ਉਹਨਾਂ ਦੀ ਮੌਤ ਹੁੰਦੀ ਹੈ, ਤਾਂ ਉਸ ਮਾਮਲੇ ਦੇ ਵਿੱਚ ਵੀ ਕਾਨੂੰਨ ਹੁਣ ਤੱਕ ਸਿੱਧੇ ਤੌਰ ਦੇ ਉੱਤੇ ਕਿਸੇ ਨੂੰ ਨਾਮਜ਼ਦ ਨਹੀਂ ਕਰ ਸਕਿਆ। ਪਿੱਛੇ ਗੱਲ ਕੀ ਆਉਂਦੀ ਹੈ, ਕਾਨੂੰਨ ਲਾਗੂ ਕਰਨ ਦੀ ਜ਼ਿੰਮੇਵਾਰੀ। ਕਾਨੂੰਨ ਲਾਗੂ ਕਰਨ ਦੀ ਜ਼ਿੰਮੇਵਾਰੀ ਕਿਸ ਦੇ ਉੱਤੇ ਹੈ? ਕਾਨੂੰਨ ਲਾਗੂ ਕਰਨ ਦੀ ਜ਼ਿੰਮੇਵਾਰੀ ਪੁਲਿਸ ਦੇ ਉੱਤੇ ਹੈ, ਜੋ ਮੌਕੇ 'ਤੇ ਮੌਜੂਦ ਪੁਲਿਸ ਹੈ, ਜੋ ਮੌਕੇ 'ਤੇ ਮੌਜੂਦ ਡਿਊਟੀ ਆਫਿਸਰ ਹੈ, ਡਿਊਟੀ ਮੈਜਿਸਟਰੇਟ ਹੈ, ਉੱਥੋਂ ਕਾਨੂੰਨ ਨੇ ਚੱਲਣਾ ਹੁੰਦਾ ਹੈ। ਕਾਨੂੰਨ ਉੱਥੋਂ ਚੱਲਦਾ ਹੈ, ਉਸ ਦੇ ਆਧਾਰ ਦੇ ਉੱਤੇ ਕਾਨੂੰਨ ਫੈਸਲਾ ਕਰਦਾ ਹੈ। ਸੋ ਖਾਮੀਆਂ ਕਿੱਥੇ ਰਹਿ ਗਈਆਂ? ਸਥਾਨਕ ਮੌਕੇ ਦੇ ਉੱਤੇ ਮੌਜੂਦ ਪੁਲਿਸ ਅਤੇ ਮੌਕੇ ਦੇ ਉੱਤੇ ਮੌਜੂਦ ਪ੍ਰਸ਼ਾਸਨ, ਇਹ ਸਾਰੇ ਗੱਲ ਨੂੰ ਉਸ ਐਂਗਲ ਤੋਂ ਫੜਨ ਵਾਸਤੇ, ਮਤਲਬ ਮੈਂ ਪਹਿਲਾਂ ਕਿਹਾ ਕਿ ਸਟੇਜਾਂ ਦੇ ਉੱਤੇ ਤਕਰੀਰਾਂ, ਬਰਗਾੜੀ ਇਨਸਾਫ ਮੋਰਚਾ, ਵੱਡੇ ਵੱਡੇ ਲੇਖ, ਵੱਡੇ ਵੱਡੇ ਭਾਸ਼ਣ, ਉਹ ਸਾਰੇ ਫੇਲ ਹੋ ਜਾਂਦੇ ਨੇ ਕਾਨੂੰਨ ਦੇ ਮੂਹਰੇ। ਕਾਨੂੰਨ ਦੀ ਥਾਂ ਪਾਉਣ ਵਾਸਤੇ, ਕਾਨੂੰਨ ਕਿੱਥੇ ਫੇਲ ਹੋਇਆ, ਕਾਨੂੰਨ ਕਿਵੇਂ ਲਾਗੂ ਹੋਣਾ ਚਾਹੀਦਾ ਸੀ, ਕਿਵੇਂ ਅਸਲੀ ਦੋਸ਼ੀਆਂ ਨੂੰ ਫੜਿਆ ਜਾਣਾ ਸੀ, ਕਿੱਥੇ ਕਿੱਥੇ ਭੁੱਲ ਹੋਈ ਹੈ ਅਤੇ ਕੌਣ ਕੌਣ ਜ਼ਿੰਮੇਵਾਰ ਹੈ, ਇਸ ਵਾਸਤੇ ਅਸੀਂ ਬਹੁਤ ਹੀ ਖਾਸ ਮਹਿਮਾਨ ਨੂੰ ਅੱਜ ਨਿਯੋਤਾ ਦਿੱਤਾ ਹੈ, ਜੋ ਕਿ ਪੰਜਾਬ ਪੁਲਿਸ ਦੇ DGP ਰਹਿ ਚੁੱਕੇ ਨੇ, ਸਰਦਾਰ ਸਰਬਦੀਪ ਸਿੰਘ ਵਿਰਕ ਨੇ। ਵਿਰਕ ਸਾਹਿਬ, ਤੁਹਾਡਾ ਸਵਾਗਤ ਹੈ। ਜਿਵੇਂ ਮੈਂ ਕਿਹਾ ਕਿ ਬਹੁਤ ਜ਼ਿਆਦਾ ਚੀਜ਼ਾਂ ਨੇ ਜਿਹੜੀਆਂ ਨਹੀਂ ਹੋ ਰਹੀਆਂ, ਜਿਹੜੀਆਂ ਗੱਲਾਂ ਨਹੀਂ ਹੋ ਸਕੀਆਂ, ਜਿਸ ਕਰਕੇ ਸਾਰਾ ਇਹ ਭੰਬੜ ਭੂਸਾ, ਮੈਨੂੰ ਇਹ ਸ਼ਬਦ ਵਰਤਣਾ ਪੈ ਰਿਹਾ, ਇਹ ਪਿਆ ਹੋਇਆ। ਤੁਸੀਂ ਦੱਸੋ ਕਿ ਤੁਹਾਡਾ ਟੇਕ ਕੀ ਹੈ ਬਰਗਾੜੀ ਫਾਇਰਿੰਗ ਦੇ ਉੱਤੇ? ਦੇਖੋ, ਇਹਦੇ ਵਿੱਚ ਤੁਹਾਨੂੰ ਜਦੋਂ ਵੀ ਤੁਸੀਂ ਇਹ ਪੂਰੀ ਗੱਲ ਨੂੰ ਸਮਝਣਾ ਚਾਹੋ, ਤੁਸੀਂ ਉਹਦਾ ਇੱਕ ਵਾਰੀ ਤੁਹਾਨੂੰ ਸਾਰਾ ਸੀਕੁਐਂਸ ਸਮਝਣਾ ਪੈਂਦਾ ਹੈ ਜੀ। ਤੁਸੀਂ ਇਹ ਸਾਰੀ ਜਿਹੜੀ ਘਟਨਾ ਕ੍ਰਮ ਜਿਹੜਾ ਹੈ, ਇਹ ਜੇ ਤੁਸੀਂ ਦੇਖੋ, ਇਹ 1 ਜੂਨ ਨੂੰ ਬੁਰਜ ਜਵਾਹਰ ਸਿੰਘ ਵਾਲੇ ਦੇ ਗੁਰਦੁਆਰੇ 'ਚੋਂ ਸ਼ੁਰੂ ਹੁੰਦਾ, ਜਿੱਥੋਂ ਇੱਕ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋ ਜਾਂਦਾ ਜੀ। ਉਸ ਤੋਂ ਬਾਅਦ ਕਰੀਬ SIT ਬਣਦੀ ਹੈ, ਲੱਭਣ ਦੇ ਲਈ 3-4 ਮਹੀਨੇ ਕੋਈ ਪੁਲਿਸ ਹੱਥ ਪੈਰ ਮਾਰਦੀ ਹੈ, ਪਰ ਕੋਈ ਸਫਲਤਾ ਨਹੀਂ ਮਿਲਦੀ। ਉਸ ਤੋਂ ਬਾਅਦ ਅਗਸਤ ਦੇ ਨਾ ਸਪਤੰਬਰ ਦੇ ਮਹੀਨੇ ਦੇ ਵਿੱਚ 18-19 ਨੂੰ ਇੱਕ ਮੋਰਚਾ ਲੱਗਦਾ ਹੈ ਪੰਜਾਬ ਪੂਰੇ ਦੇ ਵਿੱਚ, ਮੈਸੇਂਜਰ ਆਫ ਗੋਡ 2 ਜਿਹੜੀ ਡੇਰੇ ਰਹਿਮ ਉਹਨਾਂ ਨੇ ਬਣਾਈ ਹੋਈ ਪਿਕਚਰ ਸੀ, ਉਹਨੂੰ ਲਾਉਣ ਲਈ ਜਿਹੜੇ ਪ੍ਰੇਮੀ ਨੇ ਡੇਰਾ ਫੋਲੋਅਰਸ, ਉਹ ਬੈਠਦੇ ਆ। ਕਰੀਬ 2 ਦਿਨ ਦੀ ਉਹਨਾਂ ਦੀ ਸਟ੍ਰਾਈਕ ਸੀ, ਉਹਨਾਂ ਦੇ ਨਾ 27 ਗੱਡੀਆਂ ਕੈਂਸਲ ਹੋਈਆਂ, ਟ੍ਰੇਨਸ, ਔਰ ਸੜਕਾਂ ਦੇ ਉੱਤੇ ਵੱਡੀਆਂ 'ਤੇ ਵੀ ਚੱਕਾ ਜਾਮ ਕੀਤਾ ਗਿਆ ਜੀ। ਅੱਛਾ, ਔਰ ਕੋਈ ਕਿਤੇ ਤਾਕਤ ਦੀ ਵਰਤੋਂ ਨਹੀਂ ਕੀਤੀ ਗਈ, ਕੋਈ ਸਖਤੀ ਨਹੀਂ ਕੀਤੀ ਗਈ, ਔਰ ਉਹਨਾਂ ਨੂੰ ਬੜਾ ਸਮਝਾ ਕੇ 2 ਦਿਨ ਤੋਂ ਬਾਅਦ ਉਹਨਾਂ ਨੇ ਕਿਹਾ, ਸਰਕਾਰ ਨੇ ਅਸ਼ੋਰ ਕੀਤਾ ਵੀ ਤੁਹਾਡੀਆਂ ਮੰਗਾਂ 'ਤੇ ਅਸੀਂ ਗੌਰ ਕਰਾਂਗੇ, ਔਰ ਅਸੀਂ ਐਗਜ਼ਾਮਿਨ ਕਰਕੇ ਅਤੇ ਅਸੀਂ ਫਿਲਮ ਨੂੰ ਸ਼ਾਇਦ ਪਰਮਿਸ਼ਨ ਦੇ ਦੀ। ਉਹਦੇ 'ਤੇ ਉਹਨਾਂ ਨੇ ਉਹ ਧਰਨਾ ਚੁੱਕ ਲਿਆ। ਉਸ ਤੋਂ ਬਾਅਦ 24 ਔਰ 25 ਨੂੰ ਪਹਿਲੇ ਦਿਨ ਬਰਗਾੜੀ ਦੇ ਵਿੱਚ ਪੋਸਟਰ ਆਉਂਦੇ ਆ ਕਿ ਤੁਹਾਡੇ ਗੁਰੂ ਨੂੰ ਅਸੀਂ ਚੋਰੀ ਕੀਤਾ ਹੋਇਆ, ਔਰ ਇੱਕ ਤਰ੍ਹਾਂ ਦਾ ਚੈਲੰਜ ਦਿੱਤਾ ਹੈ ਕਿ ਤੁਸੀਂ ਲੱਭ ਕੇ ਦਿਖਾਓ ਸਰੂਪ ਜਿਹੜਾ ਹੈ ਉਹ ਪਿੰਡ ਦੇ ਵਿੱਚ ਹੀ ਹੈ। ਅਤੇ ਦੂਜੇ ਦਿਨ ਬੁਰਜ ਜਵਾਹਰ ਸਿੰਘ ਵਾਲੇ ਲੱਗਦੇ ਆ ਇੱਕੋ ਜਿਹੇ ਪੋਸਟਰ, ਉਹਦੇ 'ਤੇ ਫਿਰ ਕੇਸ ਰਜਿਸਟਰ ਹੋ ਜਾਂਦੇ ਆ। ਅੱਛਾ, ਉਸੇ ਦਿਨ ਨਾਲ ਇੱਕ ਹੋਰ ਲਿੰਕ ਆਉਂਦਾ ਹੈ ਕਿ 24 ਤਰੀਕ ਨੂੰ ਹੀ
ਅਕਾਲ ਤਖਤ ਦੇ ਜਥੇਦਾਰ 24 ਸਤੰਬਰ ਨੂੰ ਆਪਣਾ ਜਿਹੜਾ ਡੇਰਾ ਚੀਫ ਨੇ ਉਹਨਾਂ ਨੂੰ ਐਗਜ਼ੋਨਰੇਟ ਕਰ ਦਿੰਦੇ ਆ, ਮਾਫ਼ੀ ਦੇ ਦਿੰਦੇ ਆ, ਭਾਵੇਂ ਉਹ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਏ ਜਾਂ ਨਹੀਂ, ਜਾਂ ਉਹਨਾਂ ਨੇ ਕੋਈ ਆਪਣੀ ਐਕਸਪਲੇਨੇਸ਼ਨ ਭੇਜੀ, ਉਹ ਸਾਰਾ ਕੁਛ ਇੱਕ ਤਰ੍ਹਾਂ ਦਾ ਜੋ ਕੁਝ ਪੁਰਾਣਾ ਤੌਰ ਤਰੀਕਾ ਸੀ ਉਹ ਸਾਰਾ ਛੱਡ ਦਿੱਤਾ ਗਿਆ ਅਤੇ ਉਹਨਾਂ ਨੂੰ ਮਾਫ਼ੀ ਦੇ ਦਿੱਤੀ ਗਈ। ਹੁਣ ਆਹ ਜਿਹੜੀ ਬੈਕਗਰਾਊਂਡ ਹੈ ਉਸ ਤੋਂ ਬਾਅਦ ਉਹਦੇ ਵਿੱਚ ਨਾਲ ਉਹ ਜਿਹੜੀਆਂ ਪੋਸਟਰ ਲੱਗੇ ਸੀ ਉਹਨਾਂ 'ਚ ਇਹ ਵੀ ਸੀ ਵੀ ਅਸੀਂ ਉਸ ਰੂਪ ਨੂੰ ਪਾੜਾਂਗੇ, ਕੱਟਾਂਗੇ ਔਰ ਗਲੀਆਂ ਦੇ ਵੀ ਸੁੱਟਾਂਗੇ, ਖਿਲਾਰਾਂਗੇ। ਅੱਛਾ, ਉਹਦੇ ਉੱਤੇ ਵੀ ਕੇਸ ਰਜਿਸਟਰ ਹੋਏ ਪਰ ਫਿਰ ਅੱਗੇ ਡਿਟੈਕਸ਼ਨ ਕੋਈ ਨਹੀਂ ਹੋਈ। 2 SIT ਵੀ ਬਣੀਆਂ, ਉਹਨਾਂ 'ਚੋਂ ਇੱਕ SIT ਜਿਹੜੀ ਬਣਾਈ ਸੀ ਉਹਦੀ ਕਿਤੇ ਇੱਕ ਮੀਟਿੰਗ ਵੀ ਨਹੀਂ ਹੋਈ। ਉਹਨਾਂ ਤੋਂ ਪਤਾ ਲੱਗਦਾ ਵੀ ਤੁਸੀਂ ਤੁਹਾਡੀ ਜਿਹੜੀ ਫੋਰਸ ਜਾਂ ਟੀਮ ਜਿਹੜੀ ਕੇਸ ਲੱਭਣ 'ਤੇ ਲੱਗੀ ਹੋਈ ਸੀ ਉਹ ਕਿੰਨੀ ਕੁ ਸੀਰੀਅਸ ਸੀ ਲੱਭਣ ਲਈ। ਅੱਛਾ, ਉਸ ਤੋਂ ਬਾਅਦ 12 ਤਰੀਕ ਨੂੰ, 12 ਅਕਤੂਬਰ ਨੂੰ ਬਰਗਾੜੀ ਪਿੰਡ ਦੇ ਵਿੱਚ ਉਸ ਰੂਪ ਦੇ ਜਿਹੜੇ ਅੰਗ ਨੇ ਉਹ ਕੱਟ ਕੇ ਅਤੇ ਸੁੱਟੇ ਜਾਂਦੇ ਔਰ ਖਿਲਾਰੇ ਜਾਂਦੇ, ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਤੁਸੀਂ ਪੋਸਟਰ ਦੇ ਵਿੱਚ ਆਖਿਆ ਸੀ ਵੀ ਉਹਨਾਂ ਨੇ ਜਿਹੜੀ ਧਮਕੀ ਦਿੱਤੀ ਸੀ ਉਹਨਾਂ ਨੇ ਪੂਰੀ ਕਰ ਦਿੱਤੀ। ਮੈਂ ਤੁਹਾਨੂੰ ਜੇ ਮੈਂ ਤੁਹਾਨੂੰ ਇੱਕ ਸਵਾਲ ਇੱਥੇ ਕਰਨਾ ਚਾਹਾਂ, ਮੇਰਾ ਸਵਾਲ ਵੈਸੇ ਪਹਿਲਾ ਸਵਾਲ ਕੁਝ ਹੋਰ ਸੀ, ਚਲੋ ਆਪਾਂ ਬੈਕਗਰਾਊਂਡ ਤੋਂ ਸ਼ੁਰੂ ਹੋਏ ਹਾਂ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜੋ ਜਿਸ ਤਰ੍ਹਾਂ ਉਹ ਪੋਸਟਰ ਲੱਗਦੇ ਨੇ ਇਹਦੇ ਪਿੱਛੇ ਮੌਕੇ ਦੀ ਸਰਕਾਰ ਵੀ ਹੈ, ਵੋਟਾਂ ਨੇੜੇ ਨੇ, ਤਾਂ ਇਹਦੇ ਪਿੱਛੇ ਕੀ ਸਰਕਾਰਾਂ ਇਸ ਤਰ੍ਹਾਂ ਦੇ ਕੰਮ ਕਰਦੀਆਂ ਨੇ, ਤੁਸੀਂ ਇਸ ਵੱਲ ਇਸ਼ਾਰਾ ਦੇਣਾ ਚਾਹੁੰਦੇ ਹੋ? ਨਹੀਂ, ਦੇਖੋ ਮੈਂ ਇਹਦੇ 'ਤੇ ਕਿਸੇ 'ਤੇ ਵੀ ਇਸ਼ਾਰਾ ਨਹੀਂ। ਦੇਖੋ ਹਿਡਨ ਕੋਈ ਗਰੁੱਪ ਨੇ ਜਿਹਨਾਂ ਨੂੰ ਆਪਾਂ ਗੱਲ ਕਰਦੇ ਹਾਂ ਉਹਦੇ ਅੰਦਰ ਦੇਖਦੇ ਹਾਂ ਵੀ ਗੱਲ ਕਰਦਿਆਂ ਹੋਇਆ ਉਹ ਫੋਰਸਿਸ ਕੌਣ ਨੇ ਔਰ ਉਹਨਾਂ ਦਾ ਦੇਖੋ ਪਰਪਸ ਕੀ ਹੁੰਦਾ ਉਹ ਆਪਾਂ ਗੱਲਾਂ ਦੇ ਵਿੱਚੋਂ ਅੰਦਾਜ਼ਾ ਲਾ ਸਕਦੇ ਹਾਂ ਪਰ ਉਹ ਜਦੋਂ ਤੱਕ ਪੂਰੀਆਂ ਸਾਹਮਣੇ, ਦੇਖੋ ਲੋਕ ਅੱਜ ਕਿਉਂ ਔਖੇ ਨੇ ਕਿਉਂਕਿ ਲੋਕ ਸਮਝਣਾ ਚਾਹੁੰਦੇ ਆ ਪਰ ਲੋਕ ਸਮਝ ਨਹੀਂ ਪਾ ਰਹੇ। ਦੇਖੋ ਮੇਰਾ ਆਪਣਾ ਸਵਾਲ ਇਹੀ ਹੈ। ਹਾਂ, ਅਤੇ ਉਹਦੇ ਅੰਦਰ ਜਿਹੜਾ ਜੋ ਸੱਚਾਈ ਹੈ, ਦੇਖੋ ਮੇਰਾ ਸਿਰਫ ਇੰਨਾ ਹੈ ਵੀ ਜੇਕਰ ਕਿਸੇ ਨੇ ਕੋਈ ਗਲਤ ਕੰਮ ਕੀਤਾ ਉਹਦੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਔਰ ਜਿਹੜੇ ਲੋਕਾਂ ਦੇ ਨਾਲ ਕੋਈ ਧੱਕਾ ਜਾਂ ਜਿਨ੍ਹਾਂ 'ਤੇ ਜ਼ੁਲਮ ਹੋਇਆ ਉਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ। ਮੇਰਾ ਹੁਣ 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 ਜੋ ਮੇਰਾ ਸਵਾਲ ਹੈ, ਮੇਰਾ ਸਵਾਲ ਇਹ ਹੈ ਉੱਥੇ ਗੋਲੀ ਚੱਲਦੀ ਹੈ, 2 ਵਿਅਕਤੀ ਮਰਦੇ ਨੇ, ਉਸ ਦੇ ਉੱਤੇ ਤੁਹਾਡਾ ਟੇਕ ਕੀ ਹੈ ਕਿ ਪੁਲਿਸ, ਤੁਸੀਂ ਪੁਲਿਸ ਨੂੰ ਹੈੱਡ ਕੀਤਾ ਹੈ, ਤੁਸੀਂ ਪੁਲਿਸ ਦੇ ਤਜਰਬੇ 'ਚੋਂ ਨਿਕਲੇ ਹੋ, ਕੀ ਪੁਲਿਸ ਇੰਨੀ ਜ਼ਿਆਦਾ ਕਮਜ਼ੋਰ ਜਾਂ ਕੀ ਪੁਲਿਸ ਇੰਨੀ ਜ਼ਿਆਦਾ ਮਜਬੂਰ? ਕਮਜ਼ੋਰ ਇਸ ਕਰਕੇ ਕਿ ਉਹਦੇ ਉੱਤੇ ਪੁਲਿਸ ਨੂੰ ਘੇਰਾ ਪੈ ਗਿਆ, ਮਜਬੂਰ ਇਸ ਕਰਕੇ ਕਿ ਪੁਲਿਸ ਨੂੰ ਉੱਪਰ ਤੋਂ ਪ੍ਰੈਸ਼ਰ ਸੀ ਕਿ ਤੁਸੀਂ 10 ਮਿੰਟਾਂ 'ਚ ਖਾਲੀ ਕਰਨਾ ਹੈ ਸਾਰਾ ਕੁਝ, ਕੀ ਪੁਲਿਸ ਇੱਦਾਂ ਕੰਮ ਕਰਦੀ ਹੈ? ਦੇਖੋ ਮੇਰਾ ਆਪਣਾ ਖਿਆਲ ਹੈ ਕਿ ਜਿੱਥੇ ਕੋਈ ਵਾਇਲੈਂਸ, ਮੰਨ ਲਓ ਪੱਥਰ ਮਾਰ ਰਹੇ ਹੁੰਦੇ, ਗੱਡੀਆਂ ਸਾੜ ਰਹੇ ਹੁੰਦੇ, ਅੱਗ ਲਾ ਰਹੇ ਹੁੰਦੇ ਜੀ, ਅਤੇ ਉਹ ਆਪ ਹਿੰਸਾ 'ਤੇ ਉਤਾਰੂ ਹੋਏ ਹੁੰਦੇ ਜਿਹੜੇ ਪ੍ਰੋਟੈਸਟਰ ਨੇ ਜੀ, ਕੋਟਕਪੂਰਾ ਚੌਂਕ ਜਿਹੜੇ ਬੈਠੇ ਹੋਏ ਸੀ, ਹੁਣ ਉਹ ਪ੍ਰੋਟੈਸਟਰ ਜੇਕਰ ਬੈਠੇ ਹੋਏ ਨੇ 12 ਅਕਤੂਬਰ ਤੋਂ ਲੈ ਕੇ ਔਰ 14 ਅਕਤੂਬਰ ਦੀ ਸਵੇਰ ਨੂੰ ਵੀ ਉਹ ਸ਼ਾਮ ਸਵੇਰ ਨੂੰ ਬੈਠੇ ਹੋਏ ਨੇ ਸ਼ਾਂਤ ਔਰ ਇਸ ਪੀਰੀਅਡ ਦੇ ਵਿੱਚ ਉਹ 2 ਵਾਰੀ ਗੱਲਬਾਤ ਨਾਲ ਉੱਠ ਗਏ ਨੇ, ਉਹਨਾਂ ਨੇ ਆਪਣਾ ਪ੍ਰੋਟੈਸਟ ਜਿਹੜਾ ਧਰਨਾ ਸੀ ਉਹ ਛੱਡ ਦਿੱਤਾ ਜੀ ਔਰ ਉਹਨਾਂ ਨੇ ਕੀ ਕਿਹਾ ਜੀ ਵੀ ਸਾਨੂੰ ਗ੍ਰਿਫਤਾਰ ਕਰ ਲਓ, ਜੇਲ੍ਹ 'ਚ ਭੇਜ ਦਿਓ ਜੀ। ਅੱਛਾ, ਜੇਕਰ ਸਰਕਾਰ ਬਹੁਤ ਔਖੀ ਹੈ ਅਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਓ, ਭੇਜ ਦਿਓ, ਤੁਸੀਂ ਉਹਨਾਂ ਨੂੰ ਅਨਲਾਫੁਲ ਅਸੈਂਬਲੀ ਡਿਕਲੇਅਰ ਕਰਦੇ ਹੋ ਜੀ,
ਅਤੇ ਭੇਜ ਦਿਓ, ਕੋਈ ਕਾਰਵਾਈ ਕਰੋ, ਕੇਸ ਰਜਿਸਟਰ ਕਰੋ, ਜੇਲ੍ਹ ਭੇਜ ਦਿਓ। ਅੱਛਾ, ਉਸ ਤੋਂ ਬਾਅਦ ਤੁਸੀਂ ਫਿਰ ਛੱਡ ਦਿੰਦੇ ਹੋ ਉਹਨਾਂ ਨੂੰ, ਉਹ ਫਿਰ ਆ ਕੇ ਬੈਠ ਜਾਂਦੇ ਆ ਜੀ। ਅੱਛਾ, ਕੋਟਕਪੂਰੇ ਦੇ ਅੰਦਰ ਉਹ ਬੈਠੇ ਹੋਏ ਸੀ 14 ਤਰੀਕ ਨੂੰ ਸਵੇਰੇ। ਅੱਛਾ, ਜੇਕਰ ਪੀਸਫੁੱਲ ਉਹ ਬੈਠੇ ਹੋਏ ਨੇ, ਉਹ ਪਾਠ ਕਰਦੇ ਪਏ ਨੇ, ਦੋ ਵਾਰੀ ਤੁਹਾਡੇ ਕਹਿਣ 'ਤੇ ਉੱਠ ਵੀ ਚੁੱਕੇ ਆ, ਅਤੇ ਉਹਦੇ ਉੱਤੇ ਉਸ ਹਾਲਾਤ ਦੇ ਵਿੱਚ ਮੈਨੂੰ ਇਹ ਜ਼ਰੂਰੀ ਨਹੀਂ ਲੱਗਦਾ। ਅੱਛਾ, ਉਹ ਕੀ ਉਹ ਬਹੁਤ ਵੱਡਾ ਨੈਸ਼ਨਲ ਹਾਈਵੇ ਮੰਨ ਕੇ ਬੈਠੇ ਹੋਏ ਸੀ ਤੁਸੀਂ? ਔਰ ਉੱਥੇ ਮੈਂ ਸ਼ੋਰ ਹਾਂ ਵੀ ਟ੍ਰੈਫਿਕ ਬੰਦ ਨਹੀਂ ਸੀ ਹੋਇਆ, ਉਹ ਆਲਟਰਨੇਟ ਰੂਟ ਚਾਲੂ ਸਨ ਜਿਹਦੇ ਨਾਲ ਟ੍ਰੈਫਿਕ ਵੀ ਚੱਲ ਰਿਹਾ ਸੀ। ਅਤੇ ਉਹਦੇ ਅੰਦਰ ਇੱਕ ਪ੍ਰੈਸਟੀਜ ਇਸ਼ੂ ਬਣਾ ਲੈਣਾ ਕਿ ਮੈਂ 10 ਮਿੰਟ 'ਚ ਖਾਲੀ ਕਰਾਵਾਂਗਾ। ਤੁਸੀਂ ਉਹਦੇ ਸਾਹਮਣੇ ਡੀ ਸੀ ਨੇ ਉਸ ਦਿਨ ਡੀ ਜੀ ਨਾਲ ਗੱਲ ਕੀਤੀ, ਅੱਛਾ ਸੀ ਐੱਮ ਨਾਲ ਗੱਲ ਕੀਤੀ। ਅੱਛਾ, ਸੀ ਐੱਮ ਸਾਹਿਬ ਕਹਿੰਦੇ ਕਿ ਮੈਂ ਤਾਕਤ ਦੀ ਵਰਤੋਂ ਲਈ ਨਹੀਂ ਕਿਹਾ ਜਾਂ ਫਾਇਰਿੰਗ ਲਈ ਨਹੀਂ ਕਿਹਾ। ਤੁਸੀਂ ਉਹ ਤੁਸੀਂ ਨਹੀਂ ਕਿਹਾ, ਪਰ ਫਾਇਰਿੰਗ ਹੋਈ ਤਾਂ ਹੈ ਨਾ, ਉਹ ਕਿਹਨੇ ਕੀਤੀ? ਤੁਹਾਡੇ ਕਹਿਣ ਦੇ ਬਾਵਜੂਦ ਕਰ ਦਿੱਤੀ। ਅੱਛਾ, ਬਾਵਜੂਦ ਕਰ ਦਿੱਤੀ, ਕੀ ਤੁਸੀਂ ਉਹ ਜਿਹਨਾਂ ਨੇ ਕੀਤੀ ਉਹਨਾਂ 'ਤੇ ਕੋਈ ਐਕਸ਼ਨ ਲਿਆ? ਮੈਂ ਇੱਥੇ ਆਉਣਾ ਚਾਹੂੰਗਾ ਕਿ ਜਦੋਂ ਇੱਕ ਸਟੇਟ ਦੇ ਵਿੱਚ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ, ਸਰਕਾਰ ਨੇ ਡੀ ਜੀ ਪੀ ਅਪੁਆਇੰਟ ਕੀਤਾ ਹੈ ਜਿਹਦਾ ਨਾਮ ਸੁਮੇਧ ਸਿੰਘ ਸੈਣੀ ਹੈ, ਜੋ ਇੱਕ ਬੜਾ ਹੀ ਬਦਨਾਮ ਪੁਲਿਸ ਅਫਸਰ ਹੈ, ਇਹ ਕਹਿਣ 'ਚ ਸਾਨੂੰ ਕੋਈ ਹਿਚਕਚਾਹਟ ਨਹੀਂ, ਕਿਉਂਕਿ ਉਹਦਾ ਹੀ ਇੱਕ ਵਫ਼ਾਦਾਰ ਗੁਰਮੀਤ ਸਿੰਘ ਪਿੰਕੀ, ਉਹ ਉਹਦੇ ਬਾਰੇ ਬੜੇ ਵੱਡੇ ਖੁਲਾਸੇ ਕਰ ਚੁੱਕਾ ਕਿ ਕਿਵੇਂ ਉਹ ਜਿਹੜੀਆਂ ਹੈਗੀਆਂ ਨੇ ਨੌਜਵਾਨਾਂ ਦੀਆਂ ਹੱਤਿਆ ਕਰਦਾ ਰਿਹਾ ਜਦੋਂ ਖੜਕੂਵਾਦ ਸੀ ਜਾਂ ਅੱਤਵਾਦ ਸੀ ਪੰਜਾਬ ਦੇ ਵਿੱਚ। ਕੀ ਪਹਿਲੀ ਗੱਲ, ਇਸ ਤਰ੍ਹਾਂ ਦੇ ਅਫਸਰ ਨੂੰ ਉਦੋਂ ਕਮਾਂਡ ਦੇਣੀ, ਦੂਜੀ ਗੱਲ ਦੁਬਾਰਾ ਫਿਰ ਮੁੱਦਾ ਉਸ ਤਰ੍ਹਾਂ ਦਾ ਹੀ ਸੈਂਸਿਟਿਵ ਹੋਣਾ, ਸਿੱਖਾਂ ਨਾਲ ਪੰਥ ਨਾਲ ਸੰਬੰਧਿਤ ਮੁੱਦਾ ਹੋਣਾ, ਅਤੇ ਉਸ ਤੋਂ ਬਾਅਦ ਉੱਥੇ 2 ਨੌਜਵਾਨ ਮਰ ਜਾਣੇ, ਅਤੇ ਉਹ ਅਫਸਰ ਮੌਜਾਂ ਨਾਲ, ਚਾਹੇ ਉਹਨੂੰ ਤੁਸੀਂ ਡੀ ਜੀ ਪੀ ਦੀ ਕੁਰਸੀ ਤੋਂ ਲਾ ਤਾ, ਪਰ ਤੁਸੀਂ ਉਹ ਮੌਜਾਂ ਨਾਲ ਆਪਣੀ ਸੇਵਾ ਮੁਕਤੀ ਲੈ ਕੇ ਰਿਟਾਇਰਮੈਂਟ ਲੈ ਕੇ ਜਾਂਦਾ। ਇੱਥੇ ਜਿਹੜੀ ਹੈਗੀ ਹੈ, ਇੱਥੇ ਕੀ ਐਕਸ਼ਨ ਬਣਦਾ ਸੀ? ਤੁਹਾਡਾ ਪੁਲਿਸ ਰੂਲ ਜਿਹੜੇ ਨੇ, ਪੰਜਾਬ ਪੁਲਿਸ ਰੂਲ 2007 ਨੇ, ਉਹ ਕੀ ਕਹਿੰਦੇ ਨੇ? ਨਹੀਂ, ਦੇਖੋ, ਸਭ ਤੋਂ ਪਹਿਲਾਂ ਉਹਦੇ ਅੰਦਰ ਉਹ ਬੰਦੇ ਨੂੰ DG ਕਿਵੇਂ ਬਣਾਇਆ ਗਿਆ? ਤੁਸੀਂ ਜਦੋਂ 2012 ਦੇ ਵਿੱਚ ਸਰਕਾਰ ਵਾਪਸ ਆਈ ਹੈ, ਉਸ ਵੇਲੇ ਅਨਿਲ ਕੌਸ਼ਿਕ 1975 ਬੈਚ ਦੇ DG ਲੱਗੇ ਹੋਏ ਸੀ, ਉਹਨਾਂ ਦੀ ਰਿਟਾਇਰਮੈਂਟ ਦੇ ਵਿੱਚ 5-6 ਮਹੀਨੇ ਬਾਕੀ ਸਨ। ਸੋ ਨੋਰਮਲੀ ਤੁਹਾਡੇ ਹੀ ਲਾਇਆ ਹੋਇਆ ਬੰਦਾ DG ਚੱਲ ਰਿਹਾ ਹੈ, ਉਹਨੂੰ ਰਿਟਾਇਰ ਹੋ ਲੈਣ ਦਿਓ, ਉਸ ਤੋਂ ਬਾਅਦ ਮੈਰਿਟ ਔਰ ਸੀਨੀਓਰਿਟੀ। ਤੁਸੀਂ ਜਨਰਲੀ, ਅਸੀਂ ਜਦੋਂ DG ਲੱਗਣਾ ਹੁੰਦਾ ਤਾਂ ਕੌਣ ਲੱਗਦਾ ਹੈ? ਜਿਹਦੀ ਸੀਨੀਓਰਿਟੀ ਵੀ ਹੋਵੇ ਔਰ ਜਿਹਦੀ ਮੈਰਿਟ ਵੀ ਹੋਵੇ ਜੀ। ਇੱਥੇ ਉਸ ਵੇਲੇ ਦੀ ਸਰਕਾਰ ਨੇ ਕਿਹਨੂੰ ਚੁਣਿਆ ਜਿਹਦੇ ਕੋਲ ਨਾ ਸੀਨੀਓਰਿਟੀ ਸੀ ਔਰ ਨਾ ਮੈਰਿਟ ਸੀ? ਸੈਣੀ ਕੋਲ ਸੀਨੀਓਰਿਟੀ ਨਹੀਂ ਸੀ, ਸੀਨੀਓਰਿਟੀ ਵੀ ਨਹੀਂ ਸੀ, ਮੈਰਿਟ ਵੀ ਨਹੀਂ ਸੀ, ਕਿਉਂ ਚੁਣਿਆ? ਦੇਖੋ, ਇਹ ਹੁਣ ਦਾ ਜਵਾਬ ਉਹ ਦੇ ਸਕਦੇ ਆ, ਪਰ ਮੈਂ ਸਿਰਫ, ਦੇਖੋ ਕੀ ਹੁੰਦਾ, ਬੜੀ ਵਾਰੀ ਤੁਸੀਂ ਇੱਕ ਫੇਵਰੇਟ ਚੁਣ ਲੈਂਦੇ ਹੋ, ਪਰ ਫੇਵਰੇਟ ਚੁਣਨ ਲੱਗਿਆ ਵੀ ਸੀਨੀਓਰਿਟੀ ਔਰ ਮੈਰਿਟ, ਇਹ 2 ਚੀਜ਼ਾਂ ਜਿਹੜੀਆਂ ਜ਼ਰੂਰ ਦੇਖਣੀਆਂ ਚਾਹੀਦੀਆਂ। ਦੇਖੋ, ਤੁਸੀਂ ਨਵੇਂ ਆਏ ਮੁੰਡੇ ਨੂੰ ਖੁਸ਼ ਹੋ ਕੇ ਤੁਸੀਂ ਕਹਿ ਦਿਓ ਲੀਡਰ ਲੋਕ ਵੀ ਇਹਨੂੰ ਜੀ ਅਸੀਂ DG ਲਾ ਦਿੱਤਾ, ਤੁਸੀਂ ਨਹੀਂ, ਹਰ ਰੈਂਕ ਦੇ ਉੱਤੇ ਰੈਂਕ ਸਟਰਕਚਰ ਕਿਉਂ ਬਣਿਆ ਹੁੰਦਾ ਫੋਰਸਿਸ ਦੇ ਵਿੱਚ? ਉਹ ਇਸ ਕਰਕੇ ਬਣਿਆ ਹੁੰਦਾ ਕਿ ਹਰ ਰੈਂਕ ਦੇ ਵਿੱਚ ਕੰਮ ਕਰਦਿਆਂ ਹੋਇਆਂ ਤੁਸੀਂ ਸੁਪਰਵਾਈਜ਼ ਕਰਦੇ ਹੋ, ਤੁਸੀਂ ਫੋਰਸ ਨੂੰ ਕਮਾਂਡ ਕਰਦੇ ਹੋ, ਵੱਖਰੇ ਵੱਖਰੇ ਰੈਂਕ ਦੇ ਵਿੱਚ ਤੁਸੀਂ ਐਕਸਪੀਰੀਅੰਸ ਗੇਨ ਕਰਦੇ ਹੋ, ਕਦੇ ਕਤਲ ਹੁੰਦੇ ਨੇ, ਕਦੇ ਲਾਅ ਐਂਡ ਆਰਡਰ ਪ੍ਰੋਬਲਮਸ ਆਉਂਦੀਆਂ, ਤੁਸੀਂ ਉਹਨਾਂ ਨੂੰ ਨਜਿੱਠਦੇ ਹੋਏ ਫੋਰਸ ਦੇ ਨਾਲ ਕੰਮ ਕਰਦੇ ਹੋਏ
ਐਕਸਪੀਰੀਅੰਸਿਸ ਗੇਨ ਕਰਦੇ ਹੋ ਔਰ ਹੌਲੀ ਹੌਲੀ ਜਦੋਂ 30-35 ਸਾਲ ਤੁਹਾਡੇ ਹੋ ਜਾਂਦੇ ਆ ਤਾਂ ਤੁਸੀਂ ਉਸ ਸੀਨੀਓਰਿਟੀ 'ਤੇ ਪਹੁੰਚ ਜਾਂਦੇ ਹੋ ਜਿੱਥੇ ਤੁਸੀਂ 1 ਲੱਖ ਬੰਦੇ ਦੀ ਜਾਂ 80,000 ਬੰਦੇ ਦੀ ਫੋਰਸ ਦੇ ਹੈੱਡ ਬਣ ਸਕੋ। ਜੇਕਰ ਤੁਹਾਨੂੰ 5 ਸਾਲ ਦੇ ਵਿੱਚ ਹੈੱਡ ਬਣਾ ਦਿੱਤਾ ਜਾਏਗਾ ਤਾਂ ਤੁਹਾਡਾ ਐਕਸਪੀਰੀਅੰਸ ਤਾਂ 5 ਸਾਲ ਦਾ ਹੈ ਨਾ, ਤੁਹਾਡੇ ਤੋਂ ਗਲਤੀਆਂ ਹੋਣਗੀਆਂ। ਕਿਉਂ? ਤੁਸੀਂ ਜਿਹੜੇ ਫੇਜ਼ਿਸ 'ਚੋਂ ਤੁਹਾਨੂੰ ਲੰਘਣਾ ਚਾਹੀਦਾ, ਤੁਸੀਂ ਹਮੇਸ਼ਾ ਅੱਜ ਤੱਕ ਤੁਸੀਂ ਰਿਕਾਰਡ ਕੱਢ ਕੇ ਦੇਖ ਲਓ, ਜਦੋਂ ਵੀ ਤੁਸੀਂ ਇੱਕ DG ਰਿਟਾਇਰ ਹੁੰਦਾ ਜਿਹੜਾ ਉਦੋਂ ਬਾਅਦ ਹੁੰਦਾ ਹੈ ਉਹ 1 ਜਾਂ 2 ਸਾਲ ਜੂਨੀਅਰ ਹੁੰਦਾ, ਕਈ ਵਾਰੀ ਉਸੇ ਬੈਚ ਦਾ ਵੀ ਹੁੰਦਾ, ਉਸ ਤੋਂ ਬਾਅਦ ਜੇ ਨਹੀਂ ਜੂਨੀਅਰ ਵੀ ਹੋਏਗਾ ਤਾਂ 1 ਜਾਂ 2 ਸਾਲ ਬਾਅਦ ਦਾ ਹੋਏਗਾ। ਹੁਣ ਜੇ ਮੰਨ ਲਓ ਮੈਂ ਰਿਟਾਇਰ ਹੋਇਆ, ਮੇਰੇ ਤੋਂ ਜਾਂ ਮੈਂ ਜਦੋਂ ਬਦਲੀ ਹੋਇਆ ਮੇਰੇ ਤੋਂ ਬਾਅਦ ਮਿਸਟਰ ਔਲਖ ਆਏ 1972 ਬੈਚ ਦੇ, 2 ਸਾਲ ਜੂਨੀਅਰ। ਉਦੋਂ ਬਾਅਦ ਅਤਰੀ ਆਏ 1971 ਬੈਚ, 1 ਸਾਲ ਸੀਨੀਅਰ। 1 ਸਾਲ ਅੱਗੇ ਪਿੱਛੇ ਹੋਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ, ਇੰਨਾ ਕੀ ਹੁੰਦਾ। ਉਦੋਂ ਬਾਅਦ 73-74 ਇਸ ਤਰ੍ਹਾਂ ਆਏ, 75 ਦੇ ਅਨਿਲ ਕੌਸ਼ਿਕ ਸਨ। ਉਦੋਂ ਬਾਅਦ ਅਗਲੇ ਸਾਲਾਂ ਦੇ ਵਿੱਚ ਵੀ 3-4 ਅਫਸਰ ਐਸੇ ਸੀ ਜਿਨ੍ਹਾਂ ਦੀ ਮੈਰਿਟ ਵੀ ਹੈਗੀ ਸੀ, ਜਿਨ੍ਹਾਂ ਦੀ ਸੀਨੀਓਰਿਟੀ ਵੀ ਹੈਗੀ ਸੀ ਔਰ ਉਹ DG ਦੇ ਰੈਂਕ ਦੇ ਵਿੱਚ ਕੰਮ ਕਰ ਰਹੇ ਸਨ। ਉਹਨਾਂ ਨੂੰ ਛੱਡ ਦਿੱਤਾ ਗਿਆ, ਇੱਕ ਇਹੋ ਜਿਹਾ ਆਫਿਸਰ ਚੁਣਿਆ ਗਿਆ ਜਿਹੜਾ 7 ਸਾਲ ਜੂਨੀਅਰ ਸੀ, 75 ਤੋਂ 82 ਵੱਲ ਆ ਗਏ ਔਰ 82 ਜੀ ਉਹ ਸਭ ਤੋਂ ਸੀਨੀਅਰ ਨਹੀਂ ਸੀ, ਉਹਦੇ ਤੋਂ ਸੀਨੀਅਰ ਹੈਗੇ ਸੀ ਜਿਹੜੇ ਕਲੀਅਰ ਹੋਏ ਸੀ ਪ੍ਰਮੋਸ਼ਨ ਲਈ। ਅਤੇ ਉਹਨੂੰ ਔਰ ਉਹ ਆਫਿਸਰ ਪ੍ਰਮੋਟ ਕਿਉਂ ਨਹੀਂ ਸੀ ਹੋ ਸਕਦਾ? ਕਿਉਂਕਿ ਉਹ ਉਸ ਵੇਲੇ ਉਹਦੇ ਖਿਲਾਫ ਇੱਕ ਕ੍ਰਿਮੀਨਲ ਕੇਸ ਚੱਲ ਰਿਹਾ ਸੀ ਜਿਹੜਾ CBI ਨੇ ਇਨਵੈਸਟੀਗੇਟ ਕੀਤਾ ਸੀ, ਲੁਧਿਆਣੇ ਦਾ, ਉਹ ਦਿੱਲੀ 'ਚ ਕੇਸ ਚੱਲ ਰਿਹਾ ਸੀ ਔਰ ਉਹਦੇ ਵਿੱਚ ਚਾਰਜਿਸ ਫਰੇਮ ਹੋ ਕੇ ਟ੍ਰਾਇਲ ਚੱਲ ਰਿਹਾ ਸੀ ਔਰ ਉਹਨੇ ਕੋਰਟ ਦੇ ਵਿੱਚ ਆਇਆ ਕਿ ਦੱਸ ਕੇ ਔਰ ਉਹ ਸਾਰਾ ਕੁਛ ਉਹਦੇ ਅੰਦਰ ਝੂਠਾ ਕੀਤਾ ਜਾਂਦਾ ਵੀ ਮੇਰੀ ਜਾਨ ਨੂੰ ਖਤਰਾ, ਮੈਂ ਇਸ ਕਰਕੇ ਉੱਥੇ ਹਾਜ਼ਰ ਨਹੀਂ ਹੋ ਸਕਦਾ। ਹਰ ਤਰ੍ਹਾਂ ਦੀਆਂ ਝੂਠੀਆਂ ਰਿਪੋਰਟਾਂ ਉਹਦੇ ਸ਼ਾਮਿਲ ਕੀਤੀਆਂ ਜਾਂਦੀਆਂ ਔਰ ਮੇਰਾ ਆਪਣਾ ਖਿਆਲ ਹੈ ਕਿ ਜੇ ਉਹਦੇ ਅੰਦਰ ਐਕਿਊਜ਼ ਹੈਗਾ ਉਹਨੂੰ ਉੱਥੇ ਹਾਜ਼ਰ ਹੋਣਾ ਚਾਹੀਦਾ। ਮੈਂ ਇੱਥੇ ਇੱਕ ਸਵਾਲ ਕਰਨ ਦੀ ਆਗਿਆ ਤੁਹਾਡੇ ਤੋਂ ਚਾਹੂੰਗਾ। ਤੁਸੀਂ ਮਹਾਰਾਸ਼ਟਰ ਕੇਡਰ ਦੇ ਪੁਲਿਸ ਅਫਸਰ ਹੋ, ਮਹਾਰਾਸ਼ਟਰ ਦਾ ਜੋ ਸੁਭਾਅ ਹੈ, ਮਹਾਰਾਸ਼ਟਰ ਸਟੇਟ ਦਾ ਜੋ ਸੁਭਾਅ ਹੈ ਵਾਇਲੈਂਸ ਪੱਖੋਂ ਜਾਂ ਮਹਾਰਾਸ਼ਟਰ ਦੀ ਜੋ ਸੈਂਸਿਟਿਵ ਜੋ ਨੇਚਰ ਹੈ ਉਹੀ ਪੰਜਾਬ ਦੀ ਹੈ, ਲਗਭਗ ਇਹ ਦੋ ਸਟੇਟਾਂ ਆਪਸ 'ਚ ਰਿਲੇਟ ਕਰਦੀਆਂ ਨੇ ਸੈਂਸਿਟਿਵ ਪੱਖੋਂ। ਮੇਰਾ ਸਵਾਲ ਇਹ ਹੈ, ਉਮੀਦ ਕਰਾਂਗਾ ਕਿ ਤੁਸੀਂ ਇਹਦਾ ਜਵਾਬ ਨਿਰਪੱਖਤਾ ਨਾਲ ਅਤੇ ਇਮਾਨਦਾਰੀ ਨਾਲ ਦਿਓਗੇ, ਤਜਰਬੇ ਨਾਲ ਦਿਓਗੇ। ਚਰਚਾ ਇਹ ਹੈ ਕਿ ਸੁਮੇਧ ਸਿੰਘ ਸੈਣੀ ਇੱਕ ਐਸਾ ਪੁਲਿਸ ਅਫਸਰ ਹੈ ਜੋ ਵੱਡੇ ਵੱਡੇ ਸਿਆਸਤਦਾਨਾਂ ਦੇ ਸਮੇਂ ਦੇ ਹੁਕਮਰਾਨਾਂ ਦੇ ਭੇਦ ਆਪਣੀ ਜੇਬ 'ਚ ਰੱਖਦਾ ਅਤੇ ਮੁੜ ਕੇ ਉਹ ਬਲੈਕਮੇਲ ਕਰਦਾ, ਕੀ ਇਸ ਤਰ੍ਹਾਂ ਦੀ ਕੋਈ ਗੱਲ ਹੈ? ਦੇਖੋ, ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ, ਕਿਉਂਕਿ ਮੇਰੇ ਖਿਆਲ ਦੇ ਵਿੱਚ ਜਿਹੜਾ ਇੱਕ ਕੋਈ ਵੀ ਲੀਡਰ ਜਿਹੜਾ ਹੁੰਦਾ ਉਹਦੀ ਕਿਤਾਬ ਡੈਮੋਕ੍ਰੇਸੀ ਦੇ ਵਿੱਚ, ਲੋਕਤੰਤਰ ਦੇ ਵਿੱਚ ਇੱਕ ਖੁੱਲ੍ਹੀ ਕਿਤਾਬ ਵਾਂਗੂ ਉਹਦੀ ਜ਼ਿੰਦਗੀ ਹੁੰਦੀ ਹੈ। ਨਹੀਂ, ਪਰ ਮੈਂ ਪ੍ਰੈਕਟਿਸ ਪੁੱਛ ਰਿਹਾ, ਇਸ ਤਰ੍ਹਾਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਪੁਲਿਸ ਅਫਸਰ ਇੱਦਾਂ ਕਰਦੇ ਨੇ? ਦੇਖੋ, ਮੇਰੇ ਖਿਆਲ ਦੇ ਵਿੱਚ ਇੱਦਾਂ ਕੋਈ ਕਰ ਨਹੀਂ ਸਕਦਾ ਔਰ ਜੇ ਕਰੇ ਵੀ ਉਹਨੂੰ ਕਹਿਣਾ ਚਾਹੀਦਾ ਵੀ ਜਾ ਐਕਸਪੋਜ਼ ਕਰ ਲੈ, ਜੋ ਕਰਨਾ ਕਰ ਲੈ, ਮੈਂ ਜੋ ਕਰਨਾ ਉਹ ਕਰਾਂਗਾ। ਕੀ ਬਾਦਲਾਂ ਦੀ ਸੀਡੀਜ਼ ਸੁਮੇਧ ਸੈਣੀ ਕੋਲ ਨਹੀਂ ਹੈ? ਦੇਖੋ, ਜੇ ਤੁਸੀਂ ਆਪ ਸੋਚ ਲਓ ਕਿ ਮੈਂ ਲਾਚਾਰ ਬਣਨਾ ਕਿਸੇ ਦੇ ਅੱਗੇ ਤਾਂ ਤੁਸੀਂ ਲਾਚਾਰ ਹੋ। ਤੁਸੀਂ ਮੇਰੇ ਸਵਾਲ ਦਾ ਤੁਸੀਂ ਜਵਾਬ ਜਦੋਂ ਤੁਸੀਂ ਇੱਕ 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 ਡਿਪਲੋਮੈਟਿਕ ਵੇਚ ਦੇ ਰਹੇ ਹੋ,
ਨਹੀਂ ਮੈਂ ਉਮੀਦ ਕਰਦਾ ਕਿ ਤੁਸੀਂ ਪੰਜਾਬ ਪੁਲਿਸ ਨੂੰ ਹੈੱਡ ਕੀਤਾ ਹੈ, ਕੀ ਇਸ ਤਰ੍ਹਾਂ ਦੀ ਪ੍ਰੈਕਟਿਸ ਪੰਜਾਬ ਪੁਲਿਸ 'ਚ ਰਹੀ ਹੈ ਕਿ ਉਹ ਸਮੇਂ ਦੇ ਹੁਕਮਰਾਨਾਂ ਦੇ ਭਾਵੇਂ ਡੰਡੇ ਦੇ ਉੱਤੇ ਕੰਮ ਕਰਦੇ ਹੋਣ ਪਰ ਉਹ ਕਿਤੇ ਨਾ ਕਿਤੇ ਰੱਖ ਲੈਂਦੇ ਨੇ ਕਿ ਇਹ ਕਸੌਲੀ ਦੇ ਫਲਾਣੇ ਹੋਟਲ 'ਚ ਫਲਾਣਾ ਸਿਆਸਤਦਾਨ ਕੀ ਕਰ ਰਿਹਾ, ਚੰਡੀਗੜ੍ਹ ਦੇ ਫਲਾਣੇ ਹੋਟਲ 'ਚ ਫਲਾਣੀ ਗਾਇਕਾ ਨਾਲ ਇਹ ਕੀ ਕਰ ਰਿਹਾ, ਕਿ ਉਸ ਤਰ੍ਹਾਂ ਦੇ ਸਬੂਤ ਰੱਖਦੇ ਨੇ? ਦੇਖੋ, ਰੱਖ ਵੀ ਲੈਣ ਤਦ ਵੀ ਜਿਹੜਾ ਨਾ ਤੁਸੀਂ ਜਿਹੜੀ ਆਪਣੀ ਸੱਚਾਈ, ਕੁਝ ਸੱਚਾਈ ਤਾਂ ਹਰ ਪੋਲੀਟੀਕਲ ਬੰਦੇ 'ਚ ਹੈ ਨਾ, ਤੁਸੀਂ ਆਪਣੀ ਸੱਚਾਈ ਨੂੰ ਆਪਣੀ ਕੈਪੀਟਲ ਬਣਾ ਕੇ ਦੇਖੋ। ਮੈਂ ਕਦੇ, ਮੇਰੇ 'ਤੇ ਵੀ ਇਹਨੇ ਕੇਸ ਕੀਤਾ, ਮੈਂ ਅੱਜ ਤੱਕ ਉਹਦੇ ਕੋਲ ਨਹੀਂ ਗਿਆ। ਮੈਂ ਕਿਹਾ ਹੋਰ 10 ਕੇਸ ਪਾ ਲੈ, ਜੋ ਕਰ ਸਕਦੇ ਹੋ ਕਰ ਲਓ, ਮੈਂ ਲੜਾਂਗਾ। ਮੈਂ ਉਦੋਂ ਬਾਅਦ ਲੜਿਆ, ਕਿਉਂ? ਮੈਂ ਸੱਚਾ ਸਾਂ, ਜੋ ਕਰਦੇ ਹੋ ਕਰ ਲਓ, ਕੀ ਕਰ ਲਓਗੇ? 10 ਵਾਰੀ ਕੇਸ ਪਾ ਲਓਗੇ, 10 ਵਾਰੀ ਅੰਦਰ ਕਰ ਦਿਓਗੇ? ਅਤੇ ਉਹਦੇ ਅੰਦਰ ਜੇ ਤੁਸੀਂ ਆਪਣੀ ਥਾਂ 'ਤੇ ਸੱਚੇ ਔਰ ਸੱਚਾਈ 'ਤੇ ਖੜ੍ਹੇ ਹੋ, ਤੁਹਾਨੂੰ ਉਹਦੇ 'ਚ ਕੋਈ ਡਰਨ ਦੀ ਲੋੜ ਹੈ। ਪਰ ਸਰ 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 ਪਰ ਤੁਸੀਂ ਇਸ ਗੱਲ ਦਾ ਵੀ ਜਵਾਬ ਨਹੀਂ ਦੇ ਰਹੇ। ਤੁਸੀਂ ਆਪ ਦਾਅਵਾ ਕੀਤਾ ਹੈ ਕਿ 7 ਸਾਲ ਜੂਨੀਅਰ ਇੱਕ ਬੰਦਾ ਸੀ ਸੁਮੇਧ ਸਿੰਘ ਸੈਣੀ, ਦੇਖੋ ਡੀਜੀ ਲਾਤਾ, ਤੁਹਾਨੂੰ ਕਿਸ ਮਜਬੂਰੀ ਚਲਾਇਆ? ਨਹੀਂ, ਮੈਂ ਮਜਬੂਰੀ ਗਿਣਦਾ ਹੀ ਨਹੀਂ। ਦੇਖੋ, ਤੁਹਾਨੂੰ ਲਾਉਣਾ ਚਾਹੀਦਾ ਹੀ ਨਹੀਂ ਸੀ ਇਹ ਸਾਰੇ। ਕਿਉਂ ਲਾਇਆ? ਮੈਂ ਤਾਂ ਸਵਾਲ ਜਵਾਬ ਪੁੱਛ। ਨਹੀਂ, ਕਿਉਂ ਲਾਇਆ ਮੈਂ ਨਹੀਂ ਕਹਿ ਸਕਦਾ। ਮੈਂ ਸਿਰਫ ਇੰਨਾ ਕਹਿ ਸਕਦਾ ਵੀ ਇਹਦੇ 'ਚ ਕੁਝ ਅਸੂਲ ਹੁੰਦੇ ਆ ਜਿਹੜੇ ਪਾਲਣ ਕਰਨੇ ਚਾਹੀਦੇ। ਜੇ ਨਹੀਂ ਕਰੋਗੇ, ਜੋ ਤੁਸੀਂ ਬੀਜਿਆ ਵੱਢਣਾ ਤੁਹਾਨੂੰ ਉਹੀ ਪੈਣਾ। ਅਖੀਰ 'ਚ ਦੇਖੋ, ਬਾਦਲ ਸਾਹਿਬ ਨੂੰ ਜਾਂ ਦੂਜੀ ਸਰਕਾਰ ਨੂੰ ਉਸ ਵੇਲੇ ਦੀ ਜੋ ਵੀ ਹੈਗੀ ਸੀ, BJP SAD, ਇਹਨਾਂ ਨੂੰ ਉਹੀ ਚੀਜ਼ ਵੱਢਣੀ ਪਈ ਜਿਹੜੀ ਇਹਨਾਂ ਨੇ ਬੀਜੀ ਸੀ। ਜੇਕਰ ਤੁਸੀਂ ਗਲਤ ਡਿਸੀਜਨ ਬੀਜ ਦਿੱਤੇ, 7 ਸਾਲ ਜੂਨੀਅਰ ਨੂੰ ਲਾ ਦਿੱਤਾ ਵੀ ਆਹ ਸਾਰੇ ਪੰਜਾਬ ਨੂੰ ਸਿੱਧਾ ਕਰ ਦੂ, ਮੇਰੇ ਫਲਾਣੇ ਨੂੰ ਵੀ ਸਿੱਧਾ ਕਰ ਦੂ, ਮੇਰੇ ਫਲਾਣੇ ਦੁਸ਼ਮਣ ਨੂੰ ਵੀ ਸਿੱਧਾ ਕਰ ਦੂ, ਅਤੇ ਉਹਨੇ ਹੋ ਸਕਦਾ ਉਹਨੇ ਸਿੱਧੇ ਕਰਤੇ ਹੋਣਗੇ, ਤੁਸੀਂ ਉਹ ਮੌਜਾਂ ਮਾਣ ਲਈਆਂ। ਪਰ ਜਿੱਦਣ ਉਹ ਗੋਲੀ ਚੱਲੀ ਉਦੋਂ ਬਾਅਦ, ਹੁਣ ਤੁਹਾਨੂੰ ਕਈ ਵਾਰੀ ਇਹ ਵੀ ਹੁੰਦਾ ਵੀ ਭੱਜਣ ਲਈ ਰਾਹ ਨਹੀਂ ਲੱਭ ਰਿਹਾ, ਹੁਣ ਤੁਹਾਡੇ ਕੋਲ ਜਵਾਬ ਕੋਈ ਨਹੀਂ, ਹੁਣ ਤੁਸੀਂ ਇਹ ਕਹਿੰਦੇ ਜੀ ਪਤਾ ਨਹੀਂ ਜੀ ਕਿਵੇਂ ਹੋ ਗਿਆ ਜੀ, ਮੈਂ ਤਾਂ ਕੁਝ ਕਿਹਾ ਹੀ ਨਹੀਂ ਜੀ। ਦੇਖੋ, ਉਹ ਬੰਦਾ ਕਿਹਦਾ ਸੀ? ਉਹ ਕਿਹਦਾ ਨੋਮੀਨੀ ਸੀ? ਉਹ ਤੁਹਾਡਾ ਸਰਕਾਰੀ ਨੋਮੀਨੀ ਨਹੀਂ ਸੀ, ਉਹ ਤੁਹਾਡਾ ਪਰਸਨਲ ਨੋਮੀਨੀ ਸੀ। 7 ਸਾਲ ਜੂਨੀਅਰ ਸੀ, ਉਹਦੇ ਤੋਂ ਸੀਨੀਅਰ ਕਈ ਬੰਦੇ ਬੈਠੇ ਹੋਏ ਸੀ ਜਿਹੜੇ ਜ਼ਿਆਦਾ ਐਕਸਪੀਰੀਅੰਸ ਵਾਲੇ ਸਨ ਔਰ ਜ਼ਿਆਦਾ ਕਾਬਲੀਅਤ ਵਾਲੇ ਸਨ। ਹੁਣ ਇਹਦੀ ਪੁਸ਼ਟੀ ਕਿਵੇਂ ਹੁੰਦੀ ਹੈ ਕਿ ਹਾਲਾਤ 14 ਤੋਂ ਬਾਅਦ ਸਡਨਲੀ ਬਹੁਤ ਖਰਾਬ ਹੋ ਗਏ ਪੰਜਾਬ ਦੇ ਵਿੱਚ? ਅਕਾਲੀ ਲੀਡਰ ਨੂੰ ਪਿੰਡਾਂ 'ਚ ਜਾਣਾ ਔਖਾ ਹੋ ਗਿਆ, ਪਰ ਜਿਸ ਦਿਨ ਸੁਮੇਧ ਸਿੰਘ ਸੈਣੀ ਨੂੰ ਬਦਲ ਦਿੱਤਾ ਗਿਆ, ਉਸੇ ਵੇਲੇ ਪੰਜਾਬ ਦੇ ਹਾਲਾਤ ਫਰਕ ਪੈ ਗਿਆ। ਹਾਲਾਤ ਫਰਕ ਪੈ ਗਏ, ਹਾਲਾਤ 'ਤੇ ਆਉਂਦੇ ਹਾਂ ਅਸੀਂ। ਬਹਿਬਲ ਕਲਾਂ 'ਚ ਗੋਲੀ ਚੱਲਦੀ ਹੈ, ਅਦਾਲਤ ਦੇ ਵਿੱਚ। ਮੈਂ ਸ਼ੁਰੂਆਤ ਕੀਤੀ ਹੈ ਕਿ ਅਦਾਲਤ ਨੇ ਫੈਸਲਾ ਕਰਨਾ, ਕਿਸੇ ਇਨਸਾਫ ਮੋਰਚੇ ਨੇ, ਕਿਸੇ ਲੀਡਰ ਦੀ ਤਕਰੀਰ ਨੇ, ਕਿਸੇ ਦੀ ਸਪੋਰਟ ਨੇ ਜਾਂ ਕਿਸੇ ਦੇ ਵਿਰੋਧ ਨੇ ਫੈਸਲਾ ਨਹੀਂ ਕਰਨਾ, ਅਦਾਲਤ ਨੇ ਫੈਸਲਾ ਕਰਨਾ। ਅਦਾਲਤ ਦੇ ਵਿੱਚ ਪੁਲਿਸ ਅਫਸਰ ਕੀ ਕਹਿ ਰਹੇ ਨੇ, ਚਰਨਜੀਤ ਸ਼ਰਮਾ ਜਾਂ ਦੂਜੇ ਅਫਸਰ ਨੇ, ਉਹ ਕਹਿ ਰਹੇ ਨੇ ਕਿ ਉਹ ਕੋਟਕਪੂਰੇ ਜਦੋਂ ਗੋਲੀ ਚੱਲਦੀ ਹੈ ਸਵੇਰੇ 7 ਵਜੇ, ਉਸ ਤੋਂ ਬਾਅਦ ਸਾਰੀ ਭੀੜ ਤਿੱਤਰ ਬਿੱਤਰ ਹੋ ਜਾਂਦੀ ਹੈ, ਤਿੱਤਰ ਬਿੱਤਰ ਹੋ ਕੇ ਉਹ ਸਾਰੀ ਬਹਿਬਲ ਕਲਾਂ ਪਹੁੰਚ ਜਾਂਦੀ ਹੈ। ਬਹਿਬਲ ਕਲਾਂ ਦੇ ਨੇੜੇ ਜੋ ਚਾਹੇ ਬਰਗਾੜੀ 'ਚ ਚੌਂਕੀ ਹੈ, ਪੁਲਿਸ ਚੌਕੀ ਹੈ ਜਾਂ ਕਿਤੇ ਹੈ, ਉਹ ਉਸਨੂੰ ਘੇਰ ਲੈਂਦੀ ਹੈ। ਤਾਂ ਉੱਥੇ ਪਰਮਰਾਜ ਸਿੰਘ ਉਮਰਾ ਨੰਗਲ ਜੋ ਨੇ ਕਮਾਂਡ ਕਰ ਰਹੇ ਨੇ, ਜੋ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ QRT, ਇੱਕ ਲੁਧਿਆਣੇ ਦਾ SPD ਹੈ, QRT ਕੁਇਕ ਰਿਐਕਸ਼ਨ ਟੀਮ ਜਿਹਨੂੰ ਆਪਾਂ ਕਹਿੰਦੇ ਆ, ਕੁਇਕ ਰਿਸਪੋਂਸ ਟੀਮ, QRT ਉਹਨਾਂ ਨੇ 200 ਬੰਦਿਆਂ ਦੀ ਬਹਿਬਲ ਕਲਾਂ ਭੇਜੀ। ਨਾਲ ਹੀ ਚਰਨਜੀਤ ਸ਼ਰਮਾ ਜੋ
ਉਹਨਾਂ ਦੇ ਨੇੜੇ ਬੈਠਾ ਜੋ ਉਹ ਕਹਿ ਰਹੇ ਨੇ ਕਿ ਉਹਨਾਂ ਨੇ ਚਰਨਜੀਤ ਸ਼ਰਮਾ ਨੂੰ ਵੀ ਉੱਥੇ ਭੇਜਤਾ ਕਿ ਚਰਨਜੀਤ ਸ਼ਰਮਾ ਉਸ ਵਕਤ ਮੋਗੇ ਦਾ SSP ਸੀ ਪਰ ਉਹ ਉੱਥੇ ਡਿਪਿਊਟ ਸੀਗਾ ਤਾਂ ਉਸ ਨੂੰ ਉੱਥੇ ਭੇਜਤਾ ਤਾਂ ਉੱਥੇ ਉਹ ਕਾਨੂੰਨ ਦੇ ਕੋਲ ਅਦਾਲਤ ਦੇ ਵਿੱਚ ਕਹਿ ਰਹੇ ਨੇ ਕਿ ਸਾਨੂੰ ਘੇਰਾ ਪੈ ਗਿਆ ਸਾਡੇ 'ਤੇ ਡਾਂਗਾ ਉੱਲਰ ਉੱਲਰ ਕੇ ਆ ਰਹੀਆਂ ਸੀਗੀਆਂ ਅਸੀਂ ਉਸ ਦੇ ਵਿਰੋਧ 'ਚ ਫਾਇਰ ਖੋਲ੍ਹੇ ਫਾਇਰ ਕਿਹਨੇ ਖੋਲ੍ਹੇ ਹਾਲੇ ਵੀ ਜਵਾਬ ਨਹੀਂ ਹੈ ਪਰ AK-47 ਦੇ ਫਾਇਰ ਖੋਲ੍ਹੇ ਨੇ ਇੱਥੇ ਮੈਂ ਹੁਣ ਇੱਥੇ ਤੁਹਾਡੇ ਕੋਲ ਇੱਕ ਮੈਂ ਤੁਹਾਨੂੰ ਸਵਾਲ ਪੁੱਛਦਾ ਜੀ ਵੀ ਜਿਹੜੀ QRT ਸੀ ਬਣਾ ਕੇ ਭੇਜੀ ਗਈ ਉਹ QRT ਕਿਸ ਕੰਮ ਲਈ ਭੇਜੀ ਸੀ ਤੁਸੀਂ ਮਿਲੀਟੈਂਟਸ ਦੇ ਨਾਲ ਲੜਨ ਭੇਜੀ ਸੀ ਜਾਂ ਕੁਝ ਬੰਦੇ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਨੂੰ ਡੀਲ ਕਰਨ ਲਈ ਭੇਜੀ ਸੀ ਜੇਕਰ ਉਹ ਪ੍ਰੋਟੈਸਟਰ ਨੂੰ ਡੀਲ ਕਰਨ ਲਈ ਗਈ ਸੀ ਜਾਂ ਕਰਾਊਡ ਕੰਟਰੋਲ ਲਈ ਗਈ ਸੀ ਤਾਂ ਉਹਦੇ ਅੰਦਰ ਉਹ ਸਮਾਨ ਹੋਣਾ ਚਾਹੀਦਾ ਜਿਹੜਾ ਕਰਾਊਡ ਕੰਟਰੋਲ ਲਈ ਪੁਲਿਸ ਨੂੰ ਦਿੱਤਾ ਜਾਂਦਾ ਉਹ ਕੀ ਸਮਾਨ ਉਹ ਮਸਕਟ ਹੁੰਦੀ ਹੈ ਇੱਕ ਰਾਈਫਲ ਜੀ ਜਿਹੜੀ ਫਾਇਰ ਕਰਨ ਤੋਂ ਪਹਿਲਾਂ ਅਸੀਂ ਦੱਸਦੇ ਹਾਂ ਵੀ ਅਸੀਂ ਤੁਹਾਡੇ 'ਤੇ ਟੀਅਰ ਗੈਸ ਚਲਾ ਲਈ ਅਸੀਂ ਲਾਠੀਚਾਰਜ ਕਰ ਲਿਆ ਹੁਣ ਤਾਂ ਅਸੀਂ ਗੋਲੀ ਚਲਾਵਾਂਗੇ ਔਰ ਉਹਦੇ ਅੰਦਰ ਇੱਕੋ ਗੋਲੀ ਮਸਕਟ 410 ਮਸਕਟ ਉਹਨੂੰ ਕਹਿੰਦੇ ਆ ਉਹਦੇ ਅੰਦਰ ਉਹ ਕਰਾਊਡ ਕੰਟਰੋਲ ਦੇ ਵਿੱਚ ਇਸਤੇਮਾਲ ਕਰੀਦੀ ਹੈ ਉਹਦੇ ਅੰਦਰ ਇੱਕ ਤੋਂ ਵੱਧ ਗੋਲੀ ਲੋਡ ਨਹੀਂ ਹੁੰਦੀ ਤਾਂ ਕਿ ਇੱਕਦਮ ਬਰਸਟ ਨਾ ਵੱਜੇ ਔਰ ਲੋਕ ਐਵੇਂ ਫਾਲਤੂ ਫਟੜ ਨਾ ਹੋਣ ਜਾਂ ਮਰਨ ਨਾ ਅਤੇ ਇੱਕ ਇੱਕ ਗੋਲੀ ਦੁਬਾਰਾ ਲੋਡ ਕਰਕੇ ਅਤੇ ਫਿਰ ਫਾਇਰ ਕਰੀਦਾ ਕਰਾਊਡ ਕੰਟਰੋਲ ਦਾ ਉਹ ਤਰੀਕਾ ਹੈ ਅੱਛਾ ਇੱਥੇ ਜਿਹੜਾ ਉਹ ਗੋਲੀਆਂ ਚਲਾਈਆਂ ਗਈਆਂ ਜਿਹੜੀਆਂ ਮਿਲੀਟੈਂਟ ਦੇ ਉੱਤੇ ਗੋਲੀ ਆਪਸ 'ਚ ਚੱਲਦੀ ਹੈ AK-47 ਚਲਾਈ ਗਈ ਬਰਸਟ ਮਾਰੇ ਗਏ ਤੁਸੀਂ ਉਹ ਕਲਿਪਿੰਗਸ ਦੇਖ ਲਓ ਜਿਹੜੀਆਂ CCTV ਦੀਆਂ ਉਹਦੇ ਅੰਦਰ ਤੁਹਾਨੂੰ ਬਰਸਟ ਵੱਜਦੇ ਦਿਸਣਗੇ ਮਤਲਬ ਉਹ ਗੋਲੀ ਦਾ ਕੋੜਾ ਰੱਬ ਦਿੱਤਾ ਔਰ 5-7 ਗੋਲੀਆਂ ਨਿਕਲ ਗਈਆਂ ਉਹਦੇ ਅੰਦਰ ਮੇਰੇ ਖਿਆਲ ਦੇ ਵਿੱਚ ਜੋ ਵੀ ਕੀਤਾ ਗਿਆ ਉਹ ਪੁਲਿਸ ਟੈਕਟਿਕਸ ਦੇ ਮੁਤਾਬਕ ਟੋਟਲੀ ਇਲੀਗਲ ਹੈ ਉਹਦੇ ਅੰਦਰ ਕੋਈ ਔਰ ਜਿਨ੍ਹਾਂ ਨੇ ਵੀ ਉਹ ਕੀਤਾ ਹੈ ਉਹਨਾਂ ਦੀ ਦੂਜੇ ਦਿਨ ਵਰਦੀ ਲੱਥਣੀ ਚਾਹੀਦੀ ਸੀ ਇਹ ਤਾਂ ਮੈਨੂੰ ਸਮਝ ਨਹੀਂ ਆਈ ਰਹੀ ਵੀ ਸਰਕਾਰ ਦੀ ਕੀ ਮਜਬੂਰੀ ਹੋਏਗੀ ਜਿਹਦੇ ਕਰਕੇ ਉਹਨਾਂ ਨੇ ਇਹ ਟੋਲਰੇਟ ਕਰ ਲਿਆ ਜਿਨ੍ਹਾਂ ਨੇ ਸ਼ਾਂਤ ਬੈਠੇ ਹੋਏ ਲੋਕਾਂ 'ਤੇ ਕੋਟਕਪੂਰੇ ਦੇ ਵਿੱਚ ਗੋਲੀ ਚਲਾਈ ਜਾਂ ਸੋਟੀਆਂ ਸੁੱਟਦੇ ਹੋਏ ਕਰਾਊਡ ਦੇ ਉੱਤੇ ਬਹਿਬਲ ਕਰਨ ਦੇ ਵਿੱਚ ਗੋਲੀ ਚਲਾਈ ਔਰ ਦੋ ਬੰਦੇ ਮਰੇ ਜਿਹਦੇ ਵਿੱਚ ਦੇਖੋ ਇਹ ਚੀਜ਼ ਜਿਹੜੀ ਹੈ ਨਾ ਇਹ ਇਮੋਸ਼ਨ ਨਾਲ ਨਹੀਂ ਅਸੀਂ ਡੀਲ ਕਰ ਸਕਦੇ ਸਾਨੂੰ ਦੇਖਣਾ ਪਏਗਾ ਵੀ ਅਸਲੀ ਪ੍ਰੋਸੀਜਰ ਕੀ ਹੈ ਅੱਜ ਅਸੀਂ ਜਲਿਆਂਵਾਲਾ ਬਾਗ ਨੂੰ ਗਾਲਾਂ ਕਿਉਂ ਕੱਢਦੇ ਹਾਂ ਵੀ ਬੜਾ ਧੱਕਾ ਸੀ ਜੀ ਬੜਾ ਜ਼ੁਲਮ ਸੀ ਜੀ ਉੱਥੇ ਤਾਂ ਚਲੋ ਇੱਕ ਪੋਲੀਟੀਕਲ ਰੈਲੀ ਸੀ ਇੱਥੇ ਤਾਂ ਕੋਟਕਪੂਰੇ ਚੌਂਕ ਦੇ ਵਿੱਚ ਬੈਠ ਕੇ ਲੋਕ ਪਾਠ ਕਰਦੇ ਪਏ ਆ ਉਹਨਾਂ ਦੇ ਉੱਤੇ ਤੁਸੀਂ ਗੋਲੀ ਚਲਾ ਦਿੰਦੇ ਹੋ ਹੋਰ ਇਦੋਂ ਵੱਡਾ ਕਹਿਰ ਕੀ ਤੁਸੀਂ ਵਰਤਾ ਸਕਦੇ ਹੋ ਵਿਰਕ ਸਾਹਿਬ ਹੋ ਸਕਦਾ ਕਿ ਮੇਰੇ ਵਿਊਅਰ ਨੇ ਉਹਨਾਂ ਨੂੰ ਲੱਗਦਾ ਹੋਏ ਕਿ ਮੈਂ ਸ਼ਾਇਦ ਉਹ ਪੁਲਿਸ ਅਫਸਰਾਂ ਦੀ ਹਮਾਇਤ ਕਰ ਰਿਹਾ ਜਾਂ ਉਹਨਾਂ ਦੇ ਸਵਾਲ ਪੁੱਛ ਰਿਹਾ ਪਰ ਮੈਂ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਮੇਰੇ ਕੋਲ ਸਾਬਕਾ DGP ਪੰਜਾਬ ਦੇ ਅਤੇ ਮਹਾਰਾਸ਼ਟਰ ਕਾਡਰ ਦੇ ਜਿਹੜੇ IPS ਨੇ ਸਰਦਾਰ ਸਰਬਦੀਪ ਸਿੰਘ ਵਿਰਕ ਉਹਨਾਂ ਨਾਲ ਮੈਂ ਗੱਲ ਕਰ ਰਿਹਾ ਪਰ ਮੇਰੀ ਕੋਸ਼ਿਸ਼ ਵਾਰ ਵਾਰ ਇਹ ਹੈ ਕਿ ਅਸੀਂ ਅਸਲੀਅਤ ਜਾਂ ਪ੍ਰੈਕਟਿਸ ਕੀ ਹੈ ਪ੍ਰੈਕਟਿਸ ਕੀ ਰਹੀ ਹੈ ਪੁਲਿਸ ਦੀ ਉਹ ਅਸਲੀਅਤ ਜਾਣਨ ਦੀ ਕੋਸ਼ਿਸ਼ ਕਰੀਏ ਕਿਉਂਕਿ ਅਦਾਲਤ ਨੇ ਫੈਸਲਾ ਕਰਨਾ ਮੈਂ ਵਾਰ ਵਾਰ ਕਹਿੰਦਾ ਕਿਸੇ ਮੋਰਚੇ ਨੇ ਕਿਸੇ ਲੀਡਰ ਦੀ ਤਕਰੀਰ ਨੇ ਜਾਂ ਕਿਸੇ ਸਰਕਾਰ ਨੇ ਫੈਸਲਾ ਨਹੀਂ ਕਰਨਾ ਅਦਾਲਤ ਨੇ ਫੈਸਲਾ ਕਰਨਾ ਕਾਨੂੰਨ ਨੇ ਫੈਸਲਾ ਕਰਨਾ ਸਾਰੀਆਂ ਗੱਲਾਂ ਤੁਸੀਂ ਸਰ ਕਰ ਲਈਆਂ ਕਿ AK-47 ਨਾਲ ਗੋਲੀ ਚਲਾਉਣੀ ਨਹੀਂ ਬਣਦੀ ਸੀਗੀ ਇੱਕ 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 ਪ੍ਰੋਵੀਜ਼ਨ ਹੈ ਇੱਕ ਪ੍ਰੋਸੀਜਰ ਹੈ ਕਿ ਪਹਿਲਾਂ ਵਾਟਰ ਟੈਂਕ ਜਾਂ ਅਥਰੂ ਗੈਸ ਛੱਡਣੀ ਹੈ ਜੋ ਵੀ ਕਰਨਾ ਭੀੜ ਨੂੰ ਖਦੇੜਨ ਵਾਸਤੇ ਤਾਂ ਹੁਣ ਕਾਨੂੰਨ ਦੇ ਵਿੱਚ ਕਿਵੇਂ ਇਹ ਗੱਲ ਸਾਬਤ ਹੋਏਗੀ ਨਿਕਲੇਗਾ ਜਿਹੜੀ ਡਰਿਲ ਹੈ ਨਹੀਂ ਇਹਦੇ 'ਚ ਦੇਖੋ ਇੱਕ ਫੇਅਰ ਇਨਕੁਆਇਰੀ ਹੋਣੀ ਚਾਹੀਦੀ ਹੈ ਜਿਹੜੀ ਉਸੇ ਦਿਨ ਹੋ ਜਾਣੀ ਚਾਹੀਦੀ ਸੀ ਇਹਦੇ ਅੰਦਰ ਕੀ ਹੁੰਦਾ
ਜਿਹੜੇ ਅਫਸਰ ਨੇ ਗੋਲੀ ਚਲਾਈ ਹੁੰਦੀ ਹੈ ਉਹ ਕਹਿੰਦਾ ਜੀ ਮੈਂ ਗੋਲੀ 'ਚ ਔਡਰ ਕੀਤੀ ਸੀ, ਅਸੀਂ ਮੈਜਿਸਟਰੇਟ ਤੋਂ ਔਡਰ ਲਿਆ, ਜੇ ਨਹੀਂ ਲਿਆ ਉਹ ਕਹਿੰਦਾ ਜੀ ਮੈਜਿਸਟਰੇਟ ਸਾਹਿਬ ਉੱਥੇ ਮੌਕੇ 'ਤੇ ਹਾਜ਼ਰ ਨਹੀਂ ਸਨ, ਮੈਂ ਗੋਲੀ ਔਡਰ ਕੀਤੀ ਹੈ, ਮੇਰੇ ਹੁਕਮ ਦੇ ਉੱਤੇ ਫਲਾਣੇ ਹੌਲਦਾਰ ਨੇ ਅਤੇ ਫਲਾਣੇ ਸਿਪਾਹੀ ਨੇ ਗੋਲੀਆਂ ਫਾਇਰ ਕੀਤੀਆਂ ਨੇ, 7 ਗੋਲੀਆਂ ਇਸ ਗੰਨ 'ਚੋਂ ਚੱਲੀਆਂ ਨੇ, 4 ਇਸ ਗੰਨ 'ਚੋਂ ਚੱਲੀਆਂ ਨੇ, ਉਹਦੇ ਨਾਲ 2 ਬੰਦੇ ਜ਼ਖਮੀ ਹੋਏ ਨੇ, 3 ਫੱਟੜ ਹੋਏ ਨੇ, ਔਰ ਉਹ ਸਾਰੀ ਚੀਜ਼ ਅਸੀਂ ਇੰਨੀਆਂ 11 ਗੋਲੀਆਂ ਚਲਾਈਆਂ ਨੇ, ਆਹ ਪ੍ਰੋਸੀਜਰ ਹੈ। ਹਰ ਬੰਦਾ ਆਪਣੀ ਜ਼ਿੰਮੇਵਾਰੀ ਲੈਂਦਾ ਹੈ ਔਰ ਉਹ ਦੱਸਦਾ ਵੀ ਮੈਂ ਗੋਲੀ ਚਲਾਈ ਸੀ, ਜਿਹਨੇ ਚਲਾਈ ਹੈ ਹੁਕਮ 'ਤੇ ਉਹ ਕਹੇਗਾ ਮੈਂ ਫਲਾਣੇ ਦੇ ਹੁਕਮ 'ਤੇ ਚਲਾਈ ਹੈ। ਪਰ ਇੱਥੇ ਕੀ ਹੈ, ਹਰ ਚੀਜ਼ ਲੁਕਾਈ ਜਾ ਰਹੀ ਹੈ, ਹਰ ਚੀਜ਼ ਨੂੰ ਜਿਹੜਾ ਨਾ ਉਹ ਇੱਕ ਕਾਰਪੇਟ ਦੇ ਥੱਲੇ ਲੁਕਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਔਰ ਉਹਦੇ 'ਚ ਨਾਲ ਬਹਾਨਾ ਮਾਰਿਆ ਜਾ ਸਕਦਾ ਜਾਂਦਾ ਵੀ ਜੀ ਪੁਲਿਸ ਦਾ ਮੋਰਾਲ ਖਰਾਬ ਹੋਏਗਾ। ਦੇਖੋ 2-4 ਜਿਹੜੇ ਬੈਡ ਐਗਸ ਨੇ, ਜੇਕਰ ਸੈਣੀ ਨੇ ਗੋਲੀ ਚਲਾਈ ਹੈ ਬਿਨਾਂ ਅਨਜਸਟੀਫਾਈਡ ਚਲਾਈ ਹੈ ਅਤੇ ਸੈਣੀ ਦੇ ਖਿਲਾਫ ਐਕਸ਼ਨ ਲੈਂਦੇ, ਆਹ ਦਾ ਹੱਥ ਕਿਉਂ ਕੰਬੇ, ਨਹੀਂ ਕੰਬਣਾ ਚਾਹੀਦਾ। ਉਹਦੇ ਵਿੱਚ ਸੈਣੀ ਦਾ ਜਿਹੜਾ ਹੈੱਡ ਹੈ ਉਹ ਰੋਲ ਹੋਣਾ ਚਾਹੀਦਾ ਹੈ। ਉਸੇ ਤਰ੍ਹਾਂ ਜੇਕਰ ਹੋਰ ਜਿਨ੍ਹਾਂ ਨੇ ਗਲਤ ਕੰਮ ਕੀਤਾ ਉਹਦੇ ਅੰਦਰ ਇਹੋ ਜਿਹੇ ਵੀ ਅਫਸਰ ਹੋਣਗੇ ਜਿਹੜੇ ਬਿਲਕੁਲ ਬੇਕਸੂਰ ਹੋਣਗੇ, ਉਹ ਅਫਸਰ ਵੀ ਕਹਿਣਗੇ ਵੀ ਜੋ ਕੀਤਾ ਗਿਆ ਉਹ ਗਲਤ ਕੀਤਾ ਗਿਆ, ਅਸੀਂ ਇਹਦੇ ਨਾਲ ਅਗਰੀ ਨਹੀਂ ਕਰਦੇ। ਸਰ ਮੈਂ ਵਾਰ ਵਾਰ ਨਾ ਮੈਨੂੰ ਤੁਹਾਨੂੰ ਰੋਕਣਾ ਪੈ ਰਿਹਾ, ਮਾਫ਼ੀ ਚਾਹੁੰਦਾ। ਅਸੀਂ ਤੁਹਾਡੇ ਕੋਲ ਇਸ ਕਰਕੇ ਆਏ ਹਾਂ, ਜਾਂ ਜੋ ਇਸ ਵਕਤ ਲੋਕ ਸੁਣਦੇ ਨੇ ਤੁਹਾਨੂੰ, ਇੱਥੇ ਕਮੈਂਟ ਵੀ ਬਹੁਤ ਆ ਰਹੇ ਨੇ ਲੋਕਾਂ ਦੇ, ਇਹ ਲਾਈਵ ਅਸੀਂ ਚਲਾਉਣਾ ਹੈਗਾ ਮੁੜ ਕੇ ਰਿਕਾਰਡ ਕਰਕੇ, ਅਸੀਂ ਇਸ ਕਰਕੇ ਆਏ ਹਾਂ ਕਿ ਚਾਹੀਦਾ ਹੈ, ਇਹ ਕਰਨਾ ਚਾਹੀਦਾ ਹੈ, ਉਹ ਕਰਨਾ ਚਾਹੀਦਾ ਸੀ, ਇਹ ਕਰਨਾ ਚਾਹੀਦਾ ਹੈ, ਉਹ ਤਾਂ ਹਰ ਕੋਈ ਕਹਿ ਰਿਹਾ। ਪਰ ਇੱਕ ਕਾਬਲ ਪੁਲਿਸ ਅਫਸਰ, ਇੱਕ ਕਾਬਲ ਬੰਦਾ ਜਿਹਨੂੰ ਸਾਰਾ ਕੁਝ ਪਤਾ ਹੈ, ਇਹ ਇਨਸਾਫ਼ ਕਿਵੇਂ ਮਿਲੇਗਾ? ਕੀ ਕੋਈ ਕੋਈ ਇਨਸਾਫ਼ ਦੀ ਗੁੰਜਾਇਸ਼ ਹੈ? ਦੇਖੋ ਇਹਦੇ 'ਚ ਕਦੇ ਵੀ ਇੱਕ ਚੀਜ਼ ਯਾਦ ਰੱਖੋ, ਇਨਸਾਫ਼ ਦੇ ਵਿੱਚ ਸ਼ਾਰਟਕੱਟ ਮਾਰੋਗੇ ਨਹੀਂ ਮਿਲੇਗਾ, ਇਨਸਾਫ਼ ਆਪਣੇ ਰਸਤੇ ਨਾਲ ਹੀ ਮਿਲਦਾ ਹੁੰਦਾ ਜੀ। ਤੁਹਾਨੂੰ ਸਬੂਤ ਇਕੱਠੇ ਕਰਨੇ ਪੈਣੇ ਆ, ਉਹ ਸਬੂਤ ਤਿਆਰ ਕਰਕੇ ਕੋਰਟ ਦੇ ਸਾਹਮਣੇ। ਦੇਖੋ ਜਿਹੜੇ ਬੰਦੇ ਮਰ ਗਏ, ਜਿਹੜੇ ਜ਼ਖਮੀ ਨੇ, ਉਹ ਕੀ ਉਹ ਸਬੂਤ ਨਹੀਂ ਨੇ? ਉਹ ਸਬੂਤ ਤੁਹਾਨੂੰ ਕੋਰਟ ਦੇ ਸਾਹਮਣੇ ਜਿਵੇਂ ਪੇਸ਼ ਕਰੋਗੇ, ਕੀ ਕੋਈ ਕੋਰਟ ਤੁਹਾਨੂੰ ਨਾ ਕਰ ਦੂ ਵੀ ਨਹੀਂ ਆਏ ਮੈਨੂੰ, ਮੈਂ ਬਿਲੀਵ ਨਹੀਂ ਕਰਦਾ? ਦੇਖੋ ਪਰ ਤੁਹਾਨੂੰ ਉਹ ਪ੍ਰੋਸੀਜਰ ਦੇ ਵਿੱਚੋਂ ਦੀ ਲੰਘਣਾ ਪਏਗਾ ਜੀ। ਦੇਖੋ ਪੰਜਾਬ ਦੇ ਵਿੱਚ ਬੜਾ ਕੁਛ ਕਿਹਾ ਜਾਏਗਾ ਜੀ, ਆਹ ਹੋ ਜਾਏਗਾ ਜੀ, ਉਹ ਹੋ ਜਾਏਗਾ ਜੀ ਜੀ, ਪਰ ਉਹਦੇ ਅੰਦਰ ਸੱਚਾਈ ਹੈ ਇਹ ਵੀ ਜਿੱਥੇ ਕੋਈ ਚੰਗਾ ਕੰਮ ਕਰਦਾ ਉਹਨੂੰ ਇਨਾਮ ਜ਼ਰੂਰ ਦੇਣਾ ਚਾਹੀਦਾ, ਜਿੱਥੇ ਕੋਈ ਗਲਤ ਜਾਂ ਮਾੜਾ ਕਰਦਾ ਉਹਨੂੰ ਸਜ਼ਾ ਜ਼ਰੂਰ ਦੇਣੀ ਚਾਹੀਦੀ ਹੈ। ਔਰ ਜੇ ਉਹਦੇ ਅੰਦਰ ਤੁਸੀਂ ਇੱਕ ਛੋਟੇ ਲੈਵਲ ਦੇ ਪੱਧਰ ਦੇ ਉੱਤੇ ਤੁਸੀਂ ਜ਼ਿਲ੍ਹਿਆਂ ਵਾਲੇ ਬਾਗ ਦੀ ਰੈਪੂਟੇਸ਼ਨ ਕਰ ਦਿੱਤੀ ਹੈ, ਤਾਂ ਤੁਹਾਨੂੰ ਉਹਦੇ 'ਚ 2-4 ਬੰਦਿਆਂ ਦੇ ਖਿਲਾਫ਼ ਸਟਰੋਂਗ ਐਕਸ਼ਨ ਲੈਣਾ ਪਏਗਾ, ਔਰ ਉਹਦੇ ਅੰਦਰ ਬਹੁਤਾ ਗੁਰੇਜ਼ ਨਹੀਂ ਕਰਨਾ ਚਾਹੀਦਾ ਵੀ ਆਹ ਕਰਨਾ ਅਤੇ ਆਹ ਨਹੀਂ ਕਰਨਾ। ਵਿਰਕ ਸਾਹਿਬ, ਸਬੱਬੀ ਤੁਹਾਨੂੰ ਮਿਲੇ ਹਾਂ ਤਾਂ ਇੱਕ ਸਵਾਲ ਮੈਨੂੰ ਲੱਗਦਾ ਕਿ ਤੁਹਾਨੂੰ ਪੁੱਛ ਲੈਣਾ ਚਾਹੀਦਾ ਹੈ। ਜਲ੍ਹਿਆਂ ਵਾਲੇ ਬਾਗ ਨਾਲ ਬਹਿਬਲ ਕਲਾਂ ਨੂੰ ਮਿਲਿਆ ਜਾਂਦਾ ਕਿ ਉੱਦਾਂ ਦਾ ਸੀ ਕਿ ਬੈਠੇ ਲੋਕਾਂ ਦੇ ਉੱਤੇ ਗੋਲੀ ਚੱਲੀ ਹੈ, ਜਲ੍ਹਿਆਂ ਵਾਲੇ ਬਾਗ 'ਚ ਜਿਹੜਾ ਵੱਡੇ ਲੈਵਲ ਦੇ ਉੱਤੇ ਘਾਣ ਹੁੰਦਾ, ਜਿਹੜਾ ਮਨੁੱਖੀ ਘਾਣ ਹੁੰਦਾ, ਮੇਰਾ ਸਵਾਲ ਇਹ ਹੈ ਕਿ ਜਲ੍ਹਿਆਂ ਵਾਲੇ ਬਾਗ ਦਾ ਵੀ ਇਨਸਾਫ਼ ਨਹੀਂ ਮਿਲਿਆ ਸੀ, ਭਾਵੇਂ ਕਿ ਬ੍ਰਿਟੇਨ ਜੋ ਕਿ ਸਭ ਤੋਂ ਵੱਡਾ ਸੰਵਿਧਾਨਕ, ਜਿਹਦਾ ਸੰਵਿਧਾਨ ਅਸੀਂ ਵੀ ਫੋਲੋ ਕੀਤਾ ਮੁੜ ਕੇ, ਅਤੇ ਉਹ ਸੀ ਤਾਂ ਉਹ ਵੀ ਊਧਮ ਸਿੰਘ ਨੂੰ ਜਾ ਕੇ ਉੱਥੇ ਜਾ ਕੇ ਉਸਦਾ ਬਦਲਾ ਲੈਣਾ ਪਿਆ ਸੀ, ਕੀ ਬਰਗਾੜੀ ਦਾ ਇਨਸਾਫ਼ ਮਿਲੇਗਾ? ਦੇਖੋ ਇਸ ਤਰ੍ਹਾਂ ਮੇਰਾ ਇੱਕ ਚੀਜ਼ ਕਿ ਕੀ ਇਸ ਤਰ੍ਹਾਂ ਨਾ ਹੋਵੇ, ਇਸ ਤਰ੍ਹਾਂ ਨਾ ਹੋਵੇ, ਰੱਬ ਕਰੇ ਨਾ ਹੋਵੇ ਕਿ ਬਰਗਾੜੀ ਦਾ ਇਨਸਾਫ਼ ਵੀ ਕਿਸੇ ਊਧਮ ਸਿੰਘ ਨੂੰ ਲੈਣਾ ਪਏਗਾ? ਨਹੀਂ, ਉਹ ਚੀਜ਼ ਸੋਚਣੀ ਵੀ ਨਹੀਂ ਚਾਹੀਦੀ ਜੀ, ਕਿਉਂ ਉਸ ਵੇਲੇ ਅੰਗਰੇਜ਼ਾਂ ਦਾ ਰਾਜ ਸੀ,
ਅੱਜ ਤੁਹਾਡਾ ਆਪਣਾ ਲੋਕਤੰਤਰ ਹੈ, ਆਪਣਾ ਤੁਹਾਡਾ ਰਾਜ ਹੈ। ਦੇਖੋ ਕਿਸੇ ਨੇ ਗਲਤੀ ਕਰਤੀ, ਉਹ ਚੀਜ਼ ਲੁਕਾਤੀ, ਪਰ 2 ਸਾਲ ਦੇ ਬਾਅਦ ਜਿੱਦਣ ਕਮਿਸ਼ਨ ਬਣਿਆ ਰਣਜੀਤ ਸਿੰਘ ਕਮਿਸ਼ਨ, ਉਹਨਾਂ ਨੇ ਸਾਰੀ ਚੀਜ਼ ਸਾਹਮਣੇ ਕਰਕੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰ ਦਿੱਤਾ ਕਿ ਨਹੀਂ ਜੀ। ਅਤੇ ਉਸੇ ਤਰ੍ਹਾਂ ਸਾਨੂੰ ਆਪਣੇ ਸਿਸਟਮ ਦੇ ਅੰਦਰ ਵਿਸ਼ਵਾਸ ਰੱਖਣਾ ਪਏਗਾ, ਸਾਨੂੰ ਉਹਦੇ ਅੰਦਰ ਸ਼ੋਰਟਕੱਟ ਨਹੀਂ ਲੱਭਣਾ ਚਾਹੀਦਾ ਜੀ ਵੀ ਅਸੀਂ ਆਹ ਕਰ ਲਾਂਗੇ। ਨੋ, ਉਹ ਰਸਤਾ ਬਹੁਤ ਗਲਤ ਰਸਤਾ ਹੋਏਗਾ। ਔਰ ਇਹਦੇ ਅੰਦਰ ਦੇਖੋ ਮੇਰਾ ਕੀ ਖਿਆਲ ਹੈ ਵੀ ਜਸਟਿਸ ਡਿਲੇ ਜ਼ਰੂਰ ਹੋਇਆ, ਡਿਨਾਈ ਨਹੀਂ ਹੋਇਆ। ਇਹਦੇ ਅੰਦਰ ਸਾਰੇ ਸਬੂਤ ਇਕੱਠੇ ਕਰੋ, ਉਹਨਾਂ ਨੂੰ ਕੋਰਟ ਦੇ ਸਾਹਮਣੇ ਪੇਸ਼ ਕਰੋ, ਔਰ ਉਹ ਸੱਚਾਈ ਦੇ ਨਾਲ ਜੇ ਤੁਸੀਂ ਪੇਸ਼ ਕਰੋਗੇ, ਮੇਰੇ ਖਿਆਲ ਦੇ ਵਿੱਚ ਬੜਾ ਤੁਹਾਨੂੰ ਅੱਛਾ ਰਿਜ਼ਲਟ ਮਿਲੇਗਾ। ਬਿਲਕੁਲ, ਬੜੀ ਅੱਛੀ ਗੱਲ ਹੈ ਕਿ ਸ਼ਾਂਤੀ ਨਾਲ ਕੰਮ ਕਰਨਾ ਚਾਹੀਦਾ, ਪਰ ਇੱਥੇ ਇੱਕ ਸਵਾਲ ਬਣਦਾ, ਤੁਸੀਂ ਕਿਹਾ ਕਿ ਸਬੂਤ ਪੇਸ਼ ਕਰਨੇ ਪੈਣਗੇ, ਸਬੂਤ ਕੀ ਨੇ? ਸਬੂਤ ਨੇ ਕਿ ਇੱਕ ਘਟਨਾ ਜੋ ਬਾਈਬਲ ਕਲਾਂ ਗੋਲੀਕਾਂਡ ਹੋਇਆ, ਉਹਦੀਆਂ 2 FIR ਹੋ ਗਈਆਂ। ਪਹਿਲੀ FIR ਸੇਮ ਡੇ ਹੁੰਦੀ ਹੈ ਉਹਨਾਂ ਮੋਰਚੇ ਵਾਲਿਆਂ ਦੇ ਖਿਲਾਫ, 5-6 ਦਿਨਾਂ ਬਾਅਦ ਇੱਕ ਹੋਰ FIR ਹੋ ਜਾਂਦੀ ਹੈ ਪੁਲਿਸ ਵਾਲਿਆਂ ਦੇ ਖਿਲਾਫ। ਦੇਖੋ ਇਹ ਚੀਜ਼ ਬੜੀ ਕਾਮਨ ਹੈ ਕ੍ਰਿਮੀਨਲ ਜਸਟਿਸ ਸਿਸਟਮ ਦੇ ਵਿੱਚ। 2 ਪਾਰਟੀਆਂ ਜੇ ਲੜ ਪੈਣ, ਤਦ ਵੀ ਉਦੋਂ ਐਂ ਹੁੰਦਾ ਵੀ ਪਹਿਲਾਂ ਇੱਕ ਕੰਪਲੇਂਟ ਕਰ ਦਿੰਦੀ ਹੈ, ਬਾਅਦ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਹੋਰ ਚੀਜ਼ ਨਿਕਲਦੀ ਹੈ, ਦੂਜੀ ਵੀ ਕਰ ਦਿੰਦੀ ਹੈ। ਨਹੀਂ ਜੀ, ਇਹਦੇ ਅੰਦਰ ਕੀ ਹੈ, ਇੱਕ ਪਾਰਟੀ ਕਹਿ ਰਹੀ ਵੀ ਇਹਨਾਂ ਦਾ ਕਸੂਰ ਸੀ, ਦੂਜੀ ਪਾਰਟੀ ਕਹਿ ਰਹੀ ਹੈ ਪੁਲਿਸ ਵਾਲਿਆਂ ਦਾ ਕਸੂਰ ਸੀ। ਤੁਸੀਂ ਪੁਲਿਸ ਵਰਸਿਸ ਪਬਲਿਕ ਆਹ ਕੇਸ ਹੈਗਾ, ਅਤੇ ਉਹਦੇ ਅੰਦਰ ਉਹਨਾਂ ਨੇ ਉਹਨਾਂ ਬੰਦਿਆਂ ਦੇ ਉੱਤੇ ਉਸ ਵੇਲੇ ਕਰਾ ਦਿੱਤਾ। ਇਹਨਾਂ ਨੇ ਬਾਅਦ ਦੇ ਵਿੱਚ ਜਦੋਂ 4-5 ਦਿਨ ਬੀਤ ਗਏ ਔਰ ਇਹ ਨਿਕਲਿਆ ਵੀ ਪੁਲਿਸ ਵਾਲਿਆਂ ਦੀਆਂ ਗਲਤੀਆਂ ਵੀ ਹੈਗੀਆਂ, ਉਦੋਂ ਪੁਲਿਸ ਦੇ ਖਿਲਾਫ਼ ਵੀ FIR ਹੋ ਗਈ। ਮੇਰੇ ਖਿਆਲ ਦੇ ਵਿੱਚ ਪੁਲਿਸ ਵਾਲਿਆਂ ਦੇ ਖਿਲਾਫ਼ ਉਦੋਂ FIR ਹੋਣਾ ਵੀ ਚੰਗੀ ਚੀਜ਼ ਹੈ, ਮਾੜੀ ਨਹੀਂ ਹੈ। ਉਹ ਚੀਜ਼ ਤੁਹਾਨੂੰ ਕੋਰਟ ਦੇ ਵਿੱਚ, ਦੇਖੋ ਤੁਹਾਡੇ ਕੋਲ ਸਬੂਤ ਸਾਰੇ ਹੈਗੇ ਹੈ, ਔਰ ਉਹ ਮੇਰੀ ਨਜ਼ਰ ਦੇ ਵਿੱਚ ਤੁਸੀਂ ਜੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੜ੍ਹੋ, ਉਹਦੇ ਅੰਦਰ ਤੁਸੀਂ ਇਹ ਵੀ ਦੇਖੋਗੇ ਕਿ ਗੋਲੀਆਂ ਚੱਲੀਆਂ, ਇਹ ਮੰਨਦੇ ਹਾਂ, ਉਹ ਗੋਲੀਆਂ ਕਿੰਨੀਆਂ ਚੱਲੀਆਂ। ਉੱਥੇ ਕਿਹਾ ਗਿਆ ਵੀ ਗੋਲੀਆਂ ਸਾਡੇ ਕੋਲ ਘੱਟ ਨਹੀਂ ਨੇ, ਸਾਡੀਆਂ ਗੋਲੀਆਂ ਪੂਰੀਆਂ। ਮਤਲਬ ਕਿਸੇ ਨੇ ਉਹ ਗੋਲੀਆਂ ਜਿਹੜੀਆਂ ਚੱਲੀਆਂ ਸੀ ਉਹਦੀ ਥਾਂ ਦੂਜੀਆਂ ਰੱਖਤੀਆਂ। ਤੁਹਾਨੂੰ ਉਹ ਵੀ ਫੋਰਸਿਸ ਆਈਡੈਂਟੀਫਾਈ ਕਰਨੀਆਂ ਪੈਣਗੀਆਂ ਜਿਨ੍ਹਾਂ ਨੇ ਆਪਰੇਸ਼ਨ ਕਵਰ ਅਪ ਕੀਤਾ, ਵੀ ਉਹਦੇ ਅੰਦਰ ਉਹ ਬੰਦਿਆਂ ਨੂੰ ਵੀ ਤੁਹਾਨੂੰ ਜ਼ਿੰਮੇਵਾਰ ਠਹਿਰਾਉਣਾ ਪਏਗਾ। ਵਿਰਕ ਸਾਹਿਬ, ਇੱਕ ਸਵਾਲ ਮੈਂ ਸਮਝਦਾ ਕਿ ਇਹ ਵੀ ਪੁੱਛ ਲੈਣਾ ਚਾਹੀਦਾ ਹੈ ਕਿ ਬਤੌਰ ਇੱਕ ਬਹੁਤ ਹੀ ਕਾਬਲ ਪੁਲਿਸ ਅਫਸਰ ਜਿਹਨੇ ਸਟੇਟ ਵੀ ਹੈੱਡ ਕੀਤੀ ਹੈ, ਮੈਨੂੰ ਵਾਰ-ਵਾਰ ਇਹ ਇਸ ਕਰਕੇ ਕਹਿਣਾ ਪੈ ਰਿਹਾ ਕਿ ਕਿਉਂਕਿ ਮੈਂ ਜਵਾਬ ਚਾਹੁੰਦਾ ਇੱਕ ਇਮਾਨਦਾਰੀ ਦਾ, ਤੁਹਾਡਾ ਤਜਰਬਾ ਕੀ ਕਹਿੰਦਾ ਕਿ ਬਾਈਬਲ ਕਲਾਂ 'ਚ ਉਸ ਦਿਨ ਹੋਇਆ ਕੀ ਸੀ, ਤੁਹਾਡਾ ਤਜਰਬਾ ਕੀ ਕਹਿੰਦਾ? ਨਹੀਂ ਦੇਖੋ, ਮੇਰਾ ਆਪਣਾ ਖਿਆਲ ਹੈ ਕਿ ਜਿਸ ਤਰ੍ਹਾਂ ਇੱਕ ਸਿਚੁਏਸ਼ਨ ਨੂੰ ਜਲਦੀ ਵਿਦਿਨ ਮੈਨੂੰ ਜੇ ਹੈਂਡਲ ਕਰਨ ਲਈ ਕਹਿ ਦਿਓ ਵੀ ਆਹ ਕਰਾਊਡ ਨੂੰ ਅਸੀਂ ਡਿਸਪਰਸ ਕਰਨਾ, ਮੈਂ ਉਹਨਾਂ ਨਾਲ ਗੱਲ ਕਰਾਂਗਾ, ਮੈਂ ਦੇਖਾਂਗਾ ਵੀ ਇਹ ਕਰਾਊਡ ਕੈਸਾ ਹੈ, ਵਾਇਲੈਂਟ ਕਰਾਊਡ ਹੈ, ਐਗਰੈਸਿਵ ਕਰਾਊਡ ਹੈ, ਜਾਂ ਬੈਠਾ ਹੋਇਆ ਕਰਾਊਡ ਹੈ, ਪਾਠ ਕਰਦਾ ਪਿਆ। ਮੈਂ ਉਹਨਾਂ ਕੋਲ ਜਾ ਕੇ ਬੈਠ ਜਾਵਾਂਗਾ, ਬੈਠ ਕੇ ਗੱਲ ਕਰਾਂਗਾ ਵੀ ਕਾਕਾ ਇੱਦਾਂ ਨਹੀਂ, ਇੱਥੋਂ ਉੱਠੋ, ਆਪਾਂ ਕਮਰੇ 'ਚ ਬੈਠੀਏ, ਉੱਥੇ ਬੈਠ ਕੇ ਗੱਲ ਕਰੀਏ। ਹੱਲ ਜਿਹੜੇ ਆ ਮੈਦਾਨ ਦੇ ਜੰਗ ਦੇ ਵਿੱਚ ਨਹੀਂ ਹੁੰਦੇ, ਉਹ ਕਮਰੇ ਦੇ ਵਿੱਚ ਬੈਠ ਕੇ ਟੇਬਲ ਦੇ ਉੱਤੇ ਹੁੰਦੇ ਆ, ਅਤੇ ਉਹਦੇ ਅੰਦਰ ਤੁਹਾਨੂੰ ਉਹ ਸਿਚੁਏਸ਼ਨ ਕ੍ਰੀਏਟ ਕਰਨੀ ਪੈਂਦੀ ਹੈ, ਰਾਬਤਾ ਬਣਾਉਣਾ ਪੈਂਦਾ, ਮੈਜਿਸਟਰੇਟਾਂ ਨੂੰ ਵਿੱਚ ਪਾਉਣਾ ਚਾਹੀਦਾ ਸੀ, ਔਰ ਉਹ DM ਅਤੇ ਹੋਰ SDM ਵਗੈਰਾ ਪਾ ਕੇ ਤੁਹਾਨੂੰ ਉਹ ਗਰੁੱਪ ਨੂੰ ਟੇਬਲ 'ਤੇ ਲਿਆਉਣਾ ਚਾਹੀਦਾ ਸੀ। ਔਰ ਜਿਹੜੇ ਬੰਦੇ ਤੁਹਾਡੀ 2 ਵਾਰੀ ਗੱਲ ਮੰਨ ਕੇ ਧਰਨਾ ਛੱਡ ਗਏ ਨੇ,
ਪਰ ਸਰ ਆਈ ਵਾਂਟ ਟੂ ਨੋ ਵਟ ਇਜ਼ ਯੋਰ ਵਿਊ ਪੁਆਇੰਟ ਅਬਾਊਟ ਦਾ ਬੈਬਲ ਕਲਾ ਇੰਸੀਡੈਂਟ ਦੈਟ ਹੈਪਨਿੰਗ ਜੋ ਹੋਇਆ ਵਿਊ ਪੁਆਇੰਟ ਦੇਖੋ ਮੈਂ ਤੁਹਾਨੂੰ ਇਹ ਦੱਸਦਾ ਵੀ ਜਲਿਆਂ ਵਾਲਾ ਬਾਗ ਦੀ ਤਰਜ਼ ਹੋਇਆ ਹੈ ਮੈਂ ਦੇਖੋ ਮੈਂ ਇੱਕ ਬੜਾ ਹਾਰਡ ਲਫ਼ਜ਼ ਵਰਤਿਆ ਜਲਿਆਂ ਵਾਲਾ ਬਾਗ ਜਲਿਆਂ ਵਾਲਾ ਬਾਗ ਦਾ ਉਹ ਮਿੱਥ ਕੇ ਗੋਲੀ ਚਲਾਈ ਗਈ ਅਤੇ ਮਿੱਥ ਕੇ ਗੋਲੀ ਚਲਾਈ ਗਲਤ ਚਲਾਈ ਹੈ ਅਤੇ ਗੋਲੀ ਵੀ ਸਰਕਾਰ ਦੀ ਨਹੀਂ ਸੀਗੀ ਪੁਲਿਸ ਦੀ ਨਹੀਂ ਸੀ ਨਹੀਂ ਗੋਲੀ ਪੁਲਿਸ ਦੀ ਸੀ ਨਹੀਂ ਤੁਸੀਂ ਕਹਿੰਦੇ ਉਹਨਾਂ ਦੀ ਗੋਲੀਆਂ ਪੂਰੀਆਂ ਨੇ ਨਾ ਉਹ ਗੋਲੀਆਂ ਪੂਰੀਆਂ ਨੇ ਉਹ ਕਵਰ ਅਪ ਕੀਤੀਆਂ ਗਈਆਂ ਜਿਹੜੇ ਹਥਿਆਰ ਚੱਲੇ ਨੇ ਉਹ ਪੁਲਿਸ ਦੇ ਸਨ ਜਿਹੜੀਆਂ ਗੋਲੀਆਂ ਚੱਲੀਆਂ ਔਰ ਉਹ ਮਰਨ ਵਾਲਿਆਂ ਦੇ ਔਰ ਫੱਟੜ ਲੋਕਾਂ ਦੇ ਵੱਜੀਆਂ ਉਹ ਪੁਲਿਸ ਦੀਆਂ ਸਨ ਪਰ ਪੁਲਿਸ ਨੇ ਆਪਣੇ ਕਵਰ ਅਪ ਓਪਰੇਸ਼ਨ ਦੇ ਵਿੱਚ ਉਹ ਗੋਲੀਆਂ ਪੂਰੀਆਂ ਕਰ ਦਿੱਤੀਆਂ ਅਤੇ ਕਿਹਾ ਸਾਡੀ ਗੋਲੀ ਘੱਟ ਨਹੀਂ ਪਤਾ ਲਾਉਣਾ ਜ਼ਰੂਰੀ ਹੈ ਐੱਸ ਆਈ ਟੀ ਦੇ ਵਿੱਚ ਆ ਜਾਏਗਾ ਮੇਰੇ ਖਿਆਲ 'ਚ ਸਾਰੀ ਗੱਲ ਬਾਹਰ ਆਏਗੀ ਔਰ ਦੇਖੋ ਬਹੁਤ ਜੋ ਵੀ ਹੋਇਆ ਗਲਤ ਹੋਇਆ ਟੋਟਲੀ ਇਲੀਗਲ ਐਕਸ਼ਨ ਕੀਤਾ ਗਿਆ ਔਰ ਮੇਰੀ ਨਜ਼ਰ ਦੇ ਵਿੱਚ ਇਹਦੇ ਵਿੱਚ ਐਕਸ਼ਨ ਬਣਦਾ ਔਰ ਐਕਸ਼ਨ ਲੈਣਾ ਚਾਹੀਦਾ ਹੈ ਔਰ ਇਹਦੇ ਵਿੱਚ ਇਸ ਐਕਸ਼ਨ ਨੂੰ ਲੈਂਦਿਆਂ ਹੋਇਆਂ ਸਰਕਾਰ ਦਾ ਹੱਥ ਕਦੇ ਵੀ ਇਨਸਾਫ ਕਰਦਿਆਂ ਕੰਬਣਾ ਨਹੀਂ ਚਾਹੀਦਾ ਸਰਕਾਰ ਦਾ ਹੱਥ ਕੰਬਣਾ ਨਹੀਂ ਚਾਹੀਦਾ ਤੁਸੀਂ ਗੱਲ ਸਹੀ ਕਹੀ ਹੈ ਪਰ ਕੀ ਤੁਸੀਂ ਇੱਕ ਪੁਲਿਸ ਫੋਰਸ ਨੂੰ ਹੈੱਡ ਕੀਤਾ ਹੈ ਕਿ ਇਹ ਗੱਲ ਸਹੀ ਹੈ ਕਿ ਅਗਰ ਚਰਨਜੀਤ ਸਿੰਘ ਸ਼ਰਮਾ ਜਾਂ ਦੋ ਤਿੰਨ ਹੋਰ ਬੰਦੇ ਨੇ ਜਿਹੜੇ ਹਾਈਕੋਰਟ ਪਹੁੰਚੇ ਹੋਏ ਨੇ ਉਹ ਇਹ ਕਹਿੰਦੇ ਨੇ ਕਿ ਪੁਲਿਸ ਫੋਰਸ ਦਾ ਮਨੋਬਲ ਡਿੱਗ ਜਾਏਗਾ ਅਗਰ ਇਸ 'ਚ ਸਜ਼ਾ ਦੇ ਦਿੱਤੀ ਕਿਸੇ ਨੂੰ ਨਹੀਂ ਦੇਖੋ ਮਨੋਬਲ ਜਿਹੜਾ ਉਹ ਤਾਂ ਡਿੱਗਦਾ ਜੇ ਤੁਸੀਂ ਆਪਣੀ ਥਾਂ 'ਤੇ ਪ੍ਰੋਫੈਸ਼ਨਲ ਸਟੈਂਡ ਲਵੋ ਕਿ ਜੇ ਆਹ ਜ਼ਰੂਰੀ ਸੀ ਅਸੀਂ ਕਰਤਾ ਤੁਸੀਂ 10 ਮਿੰਟਾਂ ਦੇ ਵਿੱਚ ਖਾਲੀ ਕਰਾਉਣ ਲਈ ਗਏ ਹੋ ਕੀ ਤੁਸੀਂ ਕਹਿ ਨਹੀਂ ਸੀ ਸਕਦੇ ਵੀ ਸਰ ਹਾਲੇ ਨਹੀਂ ਅਸੀਂ 10 ਮਿੰਟਾਂ 'ਚ ਨਹੀਂ ਖਾਲੀ ਕਰਾ ਸਕਦੇ ਜੇ ਤੁਹਾਨੂੰ ਸੀਨੀਅਰ ਕੋਈ ਕਹਿ ਦਿੰਦਾ ਵੀ ਇਹਨਾਂ ਸਾਰਿਆਂ ਨੂੰ ਗੋਲੀ ਮਾਰ ਦਿਓ ਕੀ ਤੁਸੀਂ ਗੋਲੀ ਮਾਰ ਦਿੰਦੇ ਨਹੀਂ ਗਲਤ ਹੈ ਜੇਕਰ ਕੋਈ ਇਹੋ ਜਿਹਾ ਆਰਡਰ ਦਿੰਦਾ ਉਹੋ ਜਿਹੇ ਆਰਡਰ ਨੂੰ ਮੰਨਿਆ ਨਹੀਂ ਜਾ ਸਕਦਾ ਵੀ ਬੈਠੇ ਹੋਏ ਬੰਦਿਆਂ ਨੂੰ ਗੋਲੀ ਮਾਰ ਦਿਓ ਨਾ ਉਹ ਗਲਤ ਹੈ ਇੱਥੇ ਮੈਂ ਇੱਕ ਬੜਾ ਨਾ ਇੱਕ ਬੜਾ ਬੜਾ ਸਪੈਸੀਫਿਕ ਕੁਐਸਚਨ ਤੁਹਾਨੂੰ ਕਰਨਾ ਚਾਹੁੰਦਾ ਪੰਜਾਬ ਪੁਲਿਸ ਦੇ ਬਾਰੇ ਹੀ ਹੈ ਚਰਨਜੀਤ ਦੇ ਨਾਮ ਨਾਲ ਸ਼ਰਮਾ ਲੱਗਾ ਹੋਇਆ ਚਰਨਜੀਤ ਦਾ ਨਾਮ ਮੈਂ ਵਾਰ ਵਾਰ ਤਾਂ ਲੈ ਰਿਹਾ ਕਿ ਉਹਨਾਂ ਨੂੰ ਸਭ ਤੋਂ ਵੱਡਾ ਜਿਹੜਾ ਹੈਗਾ ਦੋਸ਼ੀ ਇਸ ਵਕਤ ਮੰਨਿਆ ਜਾ ਰਿਹਾ ਉਹ ਭਾਵੇਂ ਬੰਦਾ ਰਿਟਾਇਰ ਵੀ ਹੋ ਗਿਆ ਜੋ ਵੀ ਹੋ ਗਿਆ ਭਾਵੇਂ ਉਹ ਜ਼ਿੰਮੇਵਾਰ ਤਾਂ ਉਹਨੂੰ ਟੰਗ ਦੇਣਾ ਚਾਹੀਦਾ ਗਾਹੇ ਬਗਾਹੇ ਇੱਕ ਚਰਚਾ ਚੱਲਦੀ ਹੈ ਕਿ ਚਰਨਜੀਤ ਦੇ ਨਾਮ ਨਾਲ ਸ਼ਰਮਾ ਨਾਲ ਲੱਗ ਕੇ ਵਿਰਕ ਗਿੱਲ ਭੁੱਲਰ ਬਰਾੜ ਸਿੱਧੂ ਢਿੱਲੋਂ ਲੱਗਿਆ ਹੁੰਦਾ ਤਾਂ ਸ਼ਾਇਦ ਉਹਨੂੰ ਨਾ ਟਾਰਗੇਟ ਕੀਤਾ ਗਿਆ ਹੁੰਦਾ ਕੀ ਇਸ ਤਰ੍ਹਾਂ ਦੀ ਪ੍ਰੈਕਟਿਸ ਹੈ ਪੰਜਾਬ ਪੁਲਿਸ ਦੇ ਵਿੱਚ ਦੇਖੋ ਇਹ ਹੋ ਵੀ ਸਕਦੀ ਹੈ ਜ਼ਰੂਰੀ ਨਹੀਂ ਪਰ ਜੇਕਰ ਉਹ ਭੁੱਲਰ ਗਿੱਲ ਸ਼ਰਮਾ ਹੁੰਦਿਆਂ ਹੋਇਆਂ ਵੀ ਉਹ SSP ਲੱਗਿਆ ਹੋਇਆ ਜ਼ਿਲ੍ਹੇ ਦਾ ਅਤੇ ਉਹ ਇਕੱਲਾ ਵਿਚਾਰਾ ਸ਼ਰਮਾ ਨਹੀਂ ਹੈ ਉਹਦੀ ਕੋਈ ਨਾ ਕੋਈ ਪਹੁੰਚ ਹੈਗੀ ਹੈ ਉਹਦੀ ਆਪਣੀ ਕੋਈ ਨਾ ਕੋਈ ਹੈਸੀਅਤ ਹੈਗੀ ਹੈ ਉਹਦੀ ਦਰਬਾਰਾਂ ਤੱਕ ਵੀ ਪਹੁੰਚ ਹੈ ਔਰ ਉਹ ਆਪਣੇ ਕੰਮ ਨੂੰ ਜਾਣਦਾ ਵੀ ਹੈ ਹੁਣ ਇਹ ਗੱਲ ਵੱਖਰੀ ਹੈ ਵੀ ਜੇ ਕਿ ਉਹਨੇ ਕਹਿ ਦਿੱਤਾ ਵੀ ਅੱਜ 10 ਮਿੰਟਾਂ 'ਚ ਖਾਲੀ ਕਰਾਓ ਅਤੇ ਤੁਸੀਂ ਗੋਲੀ ਕਰਕੇ ਚਲਾ ਦਿਓ ਮੈਂ ਇੱਥੇ ਐਗਰੀ ਨਹੀਂ ਕਰਦਾ ਉਹ ਇੱਕ ਜ਼ਿਲ੍ਹੇ ਨੂੰ ਚਲਾਉਣ ਵਾਲਾ ਸਿਆਣਾ ਔਰ ਸਮਝਦਾਰ ਅਫਸਰ ਸੀ ਔਰ ਜੇ ਉਹਨੇ ਉੱਥੇ ਜਾ ਕੇ ਗੋਲੀ ਚਲਾ ਦਿੱਤੀ ਹੈ ਇਸ ਤਰ੍ਹਾਂ AK-47 ਚਲਾ ਦਿੱਤੀ ਹੈ ਅਤੇ ਉਹ ਉਹਦੀ ਗਲਤੀ ਹੈ ਔਰ ਕੋਈ ਸਿਆਣਾ ਵੀ ਹੋਏ ਉਹ ਸ਼ਰਮਾ ਹੋਏ ਜਾਂ ਭੁੱਲਰ ਹੋਏ ਕੋਈ ਵੀ ਹੋਏ ਜਿਹਨੇ ਉਹ ਗਲਤ ਕੰਮ ਕੀਤਾ ਉਹਨੂੰ ਉਹਦੇ ਲਈ ਰਿਸਪੋਂਸੀਬਲ ਠਹਿਰਾਉਣਾ ਪਏਗਾ ਤੁਹਾਨੂੰ ਪਰ ਇਹ ਮੇਰੇ ਸਵਾਲ ਦਾ ਦੂਜਾ ਰੂਪ ਇਹ ਹੈ ਕਿ ਪਿੱਕ ਐਂਡ ਚੂਜ ਹੋ ਰਿਹਾ ਦੇਖੋ ਜਿਨ੍ਹਾਂ ਨੇ ਗੋਲੀ ਚਲਾਈ ਹੈ ਤੁਹਾਨੂੰ ਉਹ SIT ਹਾਲੇ ਜਿਹੜਾ ਨਾ ਪਿੱਕ ਐਂਡ ਚੂਜ ਕਿਉਂ ਹੈ ਵੀ ਇਹ ਕਿਆਸਬਾਜ਼ੀ ਅੰਦਾਜ਼ੇ ਲੱਗ ਰਹੇ ਹੈ ਤੁਸੀਂ ਜਦੋਂ ਤੁਸੀਂ ਪ੍ਰੋਫੈਸ਼ਨਲ ਲਾਈਨ ਦੇ ਉੱਤੇ ਔਰ ਕਾਨੂੰਨ ਦੇ ਉੱਤੇ
ਉਹਨੂੰ ਤਰਾਜ਼ੂ ਦੇ ਵਿੱਚ ਤੋਲੋਗੇ, ਹਰ ਚੀਜ਼ ਤੁਹਾਡੇ ਸਾਹਮਣੇ ਆ ਜਾਣੀ ਹੈ। ਕੱਲੀ ਕੱਲੀ ਚੀਜ਼ ਆਪਾਂ ਅੰਦਾਜ਼ੇ ਨਾਲ ਲਾਈਏ ਵੀ ਆਹ ਹੋਇਆ ਹੋਏਗਾ ਅਤੇ ਆਹ ਇੱਦਾਂ ਹੋ ਜਾਊ। ਤੁਸੀਂ ਜਦੋਂ ਉਹ ਲੋਕਾਂ ਦੀਆਂ ਸਟੇਟਮੈਂਟਾਂ, ਜਸਟਿਸ ਰਣਜੀਤ ਸਿੰਘ ਕਿਉਂ ਕਲੀਅਰ ਨੇ, ਕਿਉਂਕਿ ਉਹਨਾਂ ਨੇ ਸਭ ਨੂੰ ਸਵਾਲ ਜਵਾਬ ਕੀਤੇ ਹੈ ਉਹਦੇ ਅੰਦਰ। ਉਹਨਾਂ ਨੇ ਜੋ ਵੀ ਰਿਪੋਰਟ ਬਣਾਈ ਹੈ, ਮੈਨੂੰ ਉਹਦੇ 'ਚ ਕਿਤੇ ਵੀ ਕੋਈ ਕਨਫਿਊਜ਼ਨ ਜਾਂ ਡਬਲ ਮਾਈਂਡਡਨੈਸ ਨਜ਼ਰ ਨਹੀਂ ਆਈ। ਕਿਉਂ? ਉਹਨਾਂ ਨੇ ਵਕਤ ਖਰਚ ਕੀਤਾ ਔਰ ਉਹਦੇ ਕਰਕੇ ਉਹ ਕਲੀਅਰ ਨੇ। ਉਸੇ ਤਰ੍ਹਾਂ ਜਦੋਂ ਤੁਸੀਂ ਇਹ ਕਾਨੂੰਨ ਨੂੰ ਫੋਲੋ ਕਰਦੇ ਹੋਏ ਅੱਗੇ ਚੱਲੋਗੇ, ਐੱਸ ਆਈ ਟੀ ਸੱਚੀ ਔਰ ਸਾਫ਼ ਸੁਥਰੀ ਇਨਵੈਸਟੀਗੇਸ਼ਨ ਕਰੇਗੀ ਤਾਂ ਉਹਦੇ ਅੰਦਰ ਉਹ ਇਹ ਵੀ ਕਹਿ ਸਕਦੇ ਜੀ ਵੀ ਆਹ ਮੁੱਦੇ ਦੇ ਉੱਤੇ ਕਸੂਰ ਨਹੀਂ ਹੈ ਜਾਂ ਕਸੂਰ ਜਾਪਦਾ ਪਰ ਸਬੂਤ ਨਹੀਂ ਹੈ। ਅਤੇ ਆਹ ਚੀਜ਼ ਜਿਹੜੀ ਹੈ, ਦੇਖੋ ਕੀ ਅਸੀਂ ਡਿਨਾਈ ਕਰ ਸਕਦੇ ਹਾਂ ਕਿ ਜਿਹੜੇ ਉਹ ਬੰਦੇ ਮਰੇ ਨੇ ਉਹ ਪੁਲਿਸ ਦੀਆਂ ਗੋਲੀਆਂ ਨਾਲ ਨਹੀਂ ਮਰੇ, ਕਿਸੇ ਹੋਰ ਦੀਆਂ ਗੋਲੀਆਂ ਨਾਲ ਮਰੇ ਨੇ? ਉਹਦੇ ਅੰਦਰ ਆਇਆ ਹੈ ਵੀ ਇਹ ਇਹਨਾਂ ਵੈਪਨ ਨਾਲ ਮਰੇ ਨੇ। ਅੱਛਾ, ਦੂਜਾ ਉਹਦੇ 'ਚ ਇਹ ਵੀ ਆਇਆ ਵੀ ਜਿਵੇਂ ਉਹ ਜਿਹੜੇ ਬੰਦੇ ਮਰੇ ਆ ਉਹਨਾਂ 'ਤੇ ਗੋਲੀ ਕਿਵੇਂ ਵੱਜੀ ਹੈ, ਉੱਤੋਂ ਥੱਲੇ ਨੂੰ ਗਈ ਹੈ ਸੀਗੇ ਉਹ। ਹਾਂ, ਉਹ ਜਿਹੜੀ ਟ੍ਰੈਜੈਕਟਰੀ ਬਣੀ ਹੈ ਉਹ ਥੱਲੇ ਨੂੰ ਬਣੀ ਹੈ, ਮੈਡੀਕਲ ਰਿਪੋਰਟ ਜੋ ਆਈ, ਮਤਲਬ ਜਿਹੜਾ ਬੰਦਾ ਸੀ ਜਿਹਨੇ ਚਲਾਉਣ ਵਾਲਾ ਉਹ ਖੜ੍ਹਾ ਸੀ, ਜਿਹੜਾ ਗੋਲੀ ਖਾਣ ਵਾਲਾ ਸੀ ਉਹ ਬੈਠਾ ਸੀ। ਅਤੇ ਮਤਲਬ ਉਹਦੇ ਤੋਂ ਤੁਹਾਨੂੰ ਬੜਾ ਕੁਝ ਸਿੱਧ ਹੋ ਜਾਂਦਾ ਹੈ। ਅਤੇ ਮੇਰੇ ਖਿਆਲ ਦੇ ਵਿੱਚ ਇਹ ਚੀਜ਼ ਮਤਲਬ ਉਹਦੇ ਅੰਦਰ ਸਾਨੂੰ ਐੱਸ ਆਈ ਟੀ ਨੂੰ ਟਾਈਮ ਦੇਣਾ ਚਾਹੀਦਾ ਹੈ ਆਪਣੀ ਇਨਵੈਸਟੀਗੇਸ਼ਨ ਕੰਪਲੀਟ ਕਰਨ ਦਾ। ਉਹ ਸਾਰੇ ਕਾਬਲ ਅਫਸਰ ਨੇ, ਉਹਨਾਂ ਅੰਦਰ ਕੋਈ ਵੀ ਇਹੋ ਜਿਹਾ ਨਹੀਂ ਹੈ ਜਿਹੜਾ ਝੂਠਾ ਜਾਂ ਇਮੋਸ਼ਨਲ ਹੋ ਕੇ ਕੋਈ ਚੀਜ਼ ਕਰ ਜਾਏਗਾ। ਮੈਂ ਤੁਹਾਡੇ ਨੂੰ ਸਿਰਫ ਹੁਣ ਦੋ ਸਵਾਲ ਕਰਾਂਗਾ ਬਸ, ਮੇਰਾ ਦੋਨਾਂ ਸਵਾਲਾਂ 'ਚੋਂ ਪਹਿਲਾ ਸਵਾਲ ਇਹ ਹੈ ਕਿ ਕੀ ਜੋ ਕੁਝ ਵਾਪਰਿਆ, ਫਾਇਰਿੰਗ ਹੋਈ ਹੈ, ਬੰਦੇ ਮਰੇ ਨੇ, ਉਸ ਵਾਸਤੇ ਦੈਨ ਸੀ ਐੱਮ, ਦੈਨ ਹੋਮ ਮਿਨਿਸਟਰ, ਦੈਨ ਡੀ ਜੀ ਪੀ ਉਹਨੂੰ ਜ਼ਿੰਮੇਵਾਰ ਮੰਨਣਾ ਚਾਹੀਦਾ ਕਿ ਨਹੀਂ? ਦੇਖੋ, ਹੋਰ ਕਿਹਨੂੰ ਜ਼ਿੰਮੇਵਾਰ ਮੰਨੋਗੇ ਤੁਸੀਂ? ਮੈਨੂੰ ਇਸ ਗੱਲ ਦਾ ਜਵਾਬ ਦਿਓ। ਦੇਖੋ, ਉਸ ਗੱਲ ਦੇ ਲਈ ਜਿਹੜੀ ਸਰਕਾਰ ਹੈ ਉਹ ਜ਼ਿੰਮੇਵਾਰ ਹੈ ਹੀ ਹੈ, ਕਿਉਂ? ਹਰ ਚੀਜ਼ ਜਿਹੜੀ ਕੀਤੀ ਗਈ ਹੈ ਸਰਕਾਰ ਦੇ ਨਾਂ 'ਤੇ ਕੀਤੀ ਗਈ ਹੈ, ਭਾਵੇਂ ਉਹ ਡੀ ਜੀ ਨੇ ਕੀਤੀ ਜਾਂ ਉਹ ਮੌਕੇ ਦੇ ਐੱਸ ਐੱਸ ਪੀ ਨੇ ਕੀਤੀ ਜਾਂ ਕਿਸੇ ਥਾਣੇਦਾਰ ਨੇ ਕੀਤੀ। ਔਰ ਪਰ ਉਹਦੇ ਅੰਦਰ ਇਹ ਧਿਆਨ ਰੱਖਣਾ ਪਏਗਾ ਕਿ ਉਹਦੇ ਅੰਦਰ ਬਹੁਤ ਸਾਰੇ ਇਹੋ ਜਿਹੇ ਨੇ ਜਿਹੜੇ ਟੋਟਲੀ ਬੇਕਸੂਰ ਨੇ, ਜਿਹੜੇ ਕੁਝ ਵੀ ਨਹੀਂ ਸੀ ਕਰਨ ਦੇ ਹੱਕ ਦੇ ਵਿੱਚ। ਉਹ ਮੈਜੋਰਿਟੀ ਸੀ ਪੁਲਿਸ ਵਾਲਿਆਂ ਦੀ, ਕਿਉਂਕਿ ਮੈਂ ਤਾਂ ਕਈ ਵਾਰੀ ਮੇਰੇ ਨਾਲ ਗੱਲ ਕਰਦੇ ਰਹਿੰਦੇ ਆ ਨਾ ਵੀ ਸਰ ਜਿਹੜਾ ਹੋ ਰਿਹਾ ਸੀ ਅਸੀਂ ਉਦੋਂ ਕਿਹਾ ਸੀ ਵੀ ਹਾਲੇ ਨਾ ਕਰੋ। ਤੁਸੀਂ ਬੰਦੇ ਜਿਹੜੇ ਨੇ ਗੱਲ ਕਰਦੇ ਆ, ਮੇਰੇ ਖਿਆਲ ਦੇ ਵਿੱਚ ਆ ਜਿਹੜਾ ਇੱਕ ਜੋਸ਼ ਹੁੰਦਾ, ਜਨੂੰਨ ਹੁੰਦਾ ਵੀ 10 ਮਿੰਟ 'ਚ ਖਾਲੀ ਕਰਕੇ ਦਿਖਾਓ ਔਰ ਆਪਣੀ ਐਫੀਸ਼ੈਂਸੀ ਪ੍ਰੂਵ ਕਰ ਦਿਓ, ਉਸ ਐਫੀਸ਼ੈਂਸੀ ਨੂੰ ਪ੍ਰੂਵ ਕਰਨ ਲਈ ਜਾਂ ਇੱਕ ਇਮੇਜ ਤੁਸੀਂ ਕ੍ਰੀਏਟ ਕੀਤਾ ਹੈ ਉਸ ਇਮੇਜ ਦੇ ਲਾਇਕ ਬਣਨ ਲਈ ਤੁਸੀਂ ਉਹ ਚੀਜ਼ ਕਰ ਦਿੰਦੇ ਹੋ ਜਿੱਦਾਂ। ਦੇਖੋ, ਜਿਹੜੇ ਬੰਦੇ ਤੁਸੀਂ ਮਾਰ ਦਿੱਤੇ ਆਪਣੀ ਉਹ ਇੱਕ ਇਮੇਜ ਮੇਨਟੇਨ ਕਰਨ ਲਈ, ਕੀ ਤੁਸੀਂ ਉਹਨਾਂ ਨੂੰ ਦੁਬਾਰਾ ਜਿਉਂਦਾ ਕਰ ਸਕਦੇ ਹੋ? ਨਹੀਂ ਕਰ ਸਕਦੇ। ਅਤੇ ਤੁਹਾਨੂੰ ਮਾਰਨੇ ਨਹੀਂ ਸੀ ਚਾਹੀਦੇ। ਆਖਰੀ ਸਵਾਲ ਵਾਲਾ, ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਬੜਾ ਵੱਡਾ ਸਵਾਲ ਉਹਨਾਂ ਦੀ ਕਾਬਲੀਅਤ ਦੇ ਉੱਤੇ ਖੜ੍ਹਾ ਹੋ ਗਿਆ ਕਿ ਅਗਰ ਬਾਦਲਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਕਥਿਤ ਤੌਰ ਦੇ ਉੱਤੇ ਬਹਿਬਲ ਕਲਾ ਫਾਇਰਿੰਗ ਵਾਸਤੇ ਜ਼ਿੰਮੇਵਾਰ ਨੇ, ਤਾਂ ਕੈਪਟਨ ਅਮਰਿੰਦਰ ਸਿੰਘ ਵਾਸਤੇ ਕਿਹਾ ਜਾਂਦਾ ਹੈ ਕਿ ਉਹ ਬਾਦਲਾਂ ਖਿਲਾਫ ਐਕਸ਼ਨ ਨਾ ਲੈਣ ਲਈ ਜ਼ਿੰਮੇਵਾਰ ਨੇ? ਦੇਖੋ, ਮੈਂ ਤੁਹਾਨੂੰ ਦੱਸਦਾ, ਇਹਨਾਂ ਦੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਇਆ 3-4 ਮਹੀਨੇ ਹੋਏ ਆ। ਉਹ 3-4 ਮਹੀਨੇ ਦੇ ਵਿੱਚ ਦੇਖੋ, ਅਸੀਂ ਜੇ ਕਹੀਏ ਵੀ ਕੱਲ੍ਹ ਤੱਕ ਐਕਸ਼ਨ ਕੰਪਲੀਟ ਕਰ ਦਿਓ,
ਉਹ ਹੋ ਜਾਏਗਾ, ਪਰ ਉਹਨਾਂ ਉਹਦੇ 'ਚ ਲੂਪ ਹੋਲਸ ਰਹਿਣਗੀਆਂ, ਕਮੀਆਂ ਰਹਿਣਗੀਆਂ ਜਿਹੜੀਆਂ ਕੋਰਟ ਦੇ ਅੰਦਰ, ਦੇਖੋ ਕੋਰਟ ਦੇ ਅੰਦਰ ਫਰਕ ਬਹੁਤ ਪੈ ਜਾਂਦਾ ਹੈ। ਅੱਜ ਤੁਹਾਨੂੰ ਬਾਹਰ ਜਦੋਂ ਕੋਈ ਬੰਦਾ ਸਪੀਚ ਕਰਦਾ ਹੈ ਉਹਨੂੰ ਕੋਈ ਸਵਾਲ ਜਵਾਬ ਨਹੀਂ ਕਰਦਾ, ਕੋਰਟ ਦੇ ਅੰਦਰ ਹਰ ਮੁੱਦੇ 'ਤੇ ਤੁਹਾਨੂੰ ਸਵਾਲ ਜਵਾਬ ਕੀਤੇ ਜਾਣਗੇ, ਕੀ ਆ ਇੱਦਾਂ ਹੋਇਆ, ਉਦੋਂ ਤੂੰ ਕਿੱਥੇ ਖੜਾ ਸੀ, ਉਹ ਕਿੱਥੇ ਬੈਠਾ ਸੀ। ਉਹ ਜਿਹੜੀ ਚੀਜ਼ ਹੈ ਨਾ, ਤੁਹਾਨੂੰ ਉਸ ਹਰ ਚੀਜ਼ ਦਾ ਜਵਾਬ ਔਰ ਤੋੜ ਲੱਭ ਕੇ ਸੱਚਾਈ ਔਰ ਸਬੂਤ ਇਕੱਠੇ ਕਰਕੇ ਕੇਸ ਬਣਾਉਣਾ ਪਏਗਾ, ਔਰ ਉਹ ਲੀਗਲੀ ਟੈਨੇਬਲ ਹੈ, ਕੱਲ੍ਹ ਨੂੰ ਇਟ ਸ਼ੁੱਡ ਬੀ ਏਬਲ ਟੂ ਸਟੈਂਡ ਦਾ ਟੈਸਟ ਆਫ ਜੁਡੀਸ਼ੀਅਲ ਸਕਰੂਟਨੀ। ਉਹ ਤੁਹਾਨੂੰ ਕੇਸ ਬਣਾਉਣਾ ਪਏਗਾ ਇਹੋ ਜਿਹਾ ਜੀ, ਉਹਦੇ ਅੰਦਰ ਇਹ ਨਹੀਂ ਵੀ ਤੁਸੀਂ ਅਸੀਂ ਐਵੇਂ ਕਾਗਜ਼ ਇਕੱਠੇ ਕਰਕੇ ਤੇ ਜਮ੍ਹਾਂ ਕਰ ਦਈਏ ਔਰ ਉਹਨੂੰ ਪਰੂਫ ਕੋਰਟ ਦੇ ਵਿੱਚ ਨਾ ਕਰ ਸਕੀਏ। ਤੁਹਾਡਾ ਜਿਹੜਾ ਵੀ ਕੇਸ ਬਣੇਗਾ ਔਰ ਉਹਦੇ ਅੰਦਰ ਜਿਹੜਾ ਵੀ ਚੰਗੀ ਇਨਵੈਸਟੀਗੇਸ਼ਨ ਹੁੰਦੀ ਹੈ ਉਹ ਟਾਈਮ ਲੈਂਦੀ ਹੈ, ਉਹਦੇ ਅੰਦਰ ਸਬੂਤ ਇਕੱਠੇ ਕਰਕੇ ਬੜੀ ਵਾਰੀ ਡਿਸਕਸ ਕਰਨਾ ਪੈਂਦਾ ਆਪਸ 'ਚ। ਔਰ ਮੇਰੇ ਆਪਣਾ ਖਿਆਲ ਹੈ ਕਿ ਜਿਸ ਤਰ੍ਹਾਂ ਇਹ ਚੱਲ ਰਿਹਾ ਹੈ ਉਹ ਜਾ ਕੇ ਬੈਠ ਗਏ ਨੇ ਉੱਥੇ, ਬਾਕੀ ਇਹ ਕੋਸ਼ਿਸ਼ ਕਰਨਗੇ ਐਸ ਆਈ ਟੀ ਨੂੰ ਡਿਰੇਲ ਕਰਨ ਦੀਆਂ ਬਹੁਤ ਕੋਸ਼ਿਸ਼ਾਂ ਹੋਣਗੀਆਂ ਲੀਗਲ, ਵੀ ਉਹਦੇ 'ਚ ਜਾ ਕੇ ਕੋਰਟ ਦੇ ਵਿੱਚ ਕੋਈ ਪਹੁੰਚ ਜਾਊ, ਕੋਈ ਪੀ ਆਈ ਐਲ ਫਾਈਲ ਕਰ ਦਊ, ਕੋਈ ਕੁਛ ਕਰ ਦਊ, ਕੋਈ ਕਹੇਗਾ ਜੀ ਵੀ ਇਹ ਪੁਲਿਸ ਨਾਲ ਧੱਕਾ ਹੈ ਜੀ। ਅੱਛਾ, ਉਹ ਬੜੀਆਂ ਫੋਰਸਿਸ ਪੰਜਾਬ 'ਚ ਕੰਮ ਕਰਦੀਆਂ, ਪਰ ਦੇਖੋ ਮੇਰਾ ਇਹ ਖਿਆਲ ਹੈ ਵੀ ਸੱਚਾਈ 'ਤੇ ਚੱਲਣਾ ਚਾਹੀਦਾ ਔਰ ਇਨਸਾਫ ਹੋਣਾ ਚਾਹੀਦਾ। ਔਰ ਮੈਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨਾਲ ਕੰਮ ਕੀਤਾ ਹੋਇਆ, ਮੈਂ ਜਿੰਨਾ ਕੁ ਜਾਣਦਾ ਵੀ ਉਹ ਇੰਨੀ ਕੁ ਹਿੰਮਤ ਜ਼ਰੂਰ ਰੱਖਦੇ ਹੈ ਕਿ ਸੱਚ ਨੂੰ ਸੱਚ ਕਹਿ ਸਕਣ ਔਰ ਇਨਸਾਫ ਮੰਗਣ ਵਾਲੇ ਨੂੰ ਇਨਸਾਫ ਦੇ ਸਕਣ। ਕੀ ਕੋਈ ਐਸੀ ਗੱਲ ਰਹਿ ਗਈ ਹੈ ਕਿ ਜੋ ਮੈਂ ਤੁਹਾਨੂੰ ਪੁੱਛਣੀ ਜਾਂ ਮੈਨੂੰ ਚੇਤਨ ਆਇਆ ਹੋਏ ਜਾਂ ਮੈਂ ਖੁੰਝ ਗਿਆ ਹੋਵਾਂ ਤੁਸੀਂ ਕਹਿਣਾ ਚਾਹੁੰਦੇ ਹੋ? ਨਹੀਂ, ਦੇਖੋ ਤੁਸੀਂ ਪ੍ਰੈਕਟੀਕਲੀ ਸਾਰੇ ਆਸਪੈਕਟ ਕਵਰ ਕਰ ਰਹੇ ਆ। ਤੁਸੀਂ ਕੋਈ ਕਿਤਾਬ ਲਿਖ ਰਹੇ ਹੋ, ਮੇਰਾ ਇਸ਼ਾਰਾ ਇਹ ਸੀ। ਹਾਂਜੀ, ਕਿਤਾਬ ਲਿਖ ਰਹੇ ਹੋ ਤੁਸੀਂ? ਨਹੀਂ, ਮੈਂ ਹੋਰ ਚੀਜ਼ਾਂ ਦੇ ਉੱਤੇ ਲਿਖਦਾ ਰਹਿੰਦਾ ਅਤੇ ਪੰਜਾਬ ਦੀ ਮਿਲੀਟੈਂਸੀ ਦੇ ਵਿੱਚ, ਮਤਲਬ ਜਿਹੜਾ ਉਸ ਵਕਤ ਦਾ ਇੱਕ ਦੌਰ ਸੀ ਕਾਲਾ ਹਨੇਰਾ ਪੰਜਾਬ ਦੇ ਵਿੱਚ, ਉਹ ਇੱਕ ਉਸ ਵਕਤ 'ਚ ਮੈਨੂੰ ਬੜਾ ਟਾਈਮ ਮਿਲਿਆ, ਮੈਂ ਪੰਜਾਬ ਦੇ ਮਿਲੀਟੈਂਸੀ ਅਫੈਕਟਡ ਏਰੀਆ 'ਚ ਕੰਮ ਕੀਤਾ ਅਤੇ ਉਹ ਆਪਣੇ ਆਪ 'ਚ ਇੱਕ ਬੜਾ ਅੱਛਾ ਅਨੁਭਵ ਸੀ ਅਤੇ ਉਹਦੇ ਅੰਦਰ ਬੜੀ ਵਾਰੀ ਤੁਹਾਨੂੰ ਉਹ ਚੀਜ਼ਾਂ ਸਿੱਖਣ ਨੂੰ ਮਿਲੀਆਂ ਜਿਹੜੀਆਂ ਤੁਹਾਨੂੰ ਪੰਜਾਬ 'ਚ ਹਿੰਦੁਸਤਾਨ 'ਚ ਕਿਤੇ ਵੀ ਹੋਰ ਕੰਮ ਕਰਦਿਆਂ ਤੁਸੀਂ ਸਿੱਖ ਨਹੀਂ ਸੀ ਸਕਦੇ। ਅਤੇ ਉਹ ਇੱਕ ਸੀਜ਼ਨਿੰਗ ਹੁੰਦੀ ਹੈ, ਜਿੰਨਾ ਤੁਸੀਂ ਲੜਾਈ 'ਚ ਜਾਓ, ਲੜੋ ਔਰ ਜਿਉਂਦੇ ਬਚ ਕੇ ਬਾਹਰ ਵੀ ਆ ਜਾਓ ਲੜਨ ਤੋਂ ਬਾਅਦ, ਉਹਦੇ ਨਾਲ ਤੁਹਾਡਾ ਜਿਹੜਾ ਇੱਕ ਐਕਸਪੀਰੀਅੰਸਿਸ ਹੁੰਦੇ ਨੇ ਉਹਨਾਂ 'ਚ ਇਜ਼ਾਫਾ ਹੁੰਦਾ। ਪਰ ਉਹਦੇ ਅੰਦਰ ਕਦੇ ਵੀ ਸੱਚਾਈ ਔਰ ਇਨਸਾਫ ਦਾ ਪੱਖ ਨਹੀਂ ਛੱਡਣਾ ਚਾਹੀਦਾ। ਮੈਂ ਵੀ ਮਿਲੀਟੈਂਸੀ ਨਾਲ ਪੂਰਾ ਲੜਿਆ, ਜਾਨ ਤੋੜ ਕੇ ਲੜਿਆ, ਪਰ ਜੇਕਰ ਕਿਸੇ ਨੇ ਹੱਥ ਖੜ੍ਹੇ ਕਰਤੇ ਆ ਮੈਂ ਉਦੋਂ ਬਾਅਦ ਉਹਨੂੰ ਬਚਾਇਆ, ਮਤਲਬ ਉਹਦੇ 'ਚ ਮੈਂ ਆਪਣੇ ਅਸੂਲਾਂ ਨਾਲ ਪੂਰੀ ਲੜਾਈ ਲੜੀ ਹੈ। ਔਰ ਇਹਦੇ ਵਿੱਚ ਵੀ ਮਤਲਬ ਬਰਗਾੜੀ ਦੇ ਵਿੱਚ ਵੀ ਚੀਜ਼ ਗਲਤ ਹੈ ਜੋ ਹੋਇਆ, ਇੰਸੀਡੈਂਟ ਗਲਤ ਹੋਇਆ ਔਰ ਇਹ ਇੱਕ ਮਿਸਯੂਜ਼ ਆਫ ਪਾਵਰ ਮੈਂ ਗਿਣਦਾ। ਉਹ ਕਾਹਦੇ ਲਈ ਹੋਇਆ, ਕਿਉਂ ਹੋਇਆ, ਉਹ ਕਾਰਨ ਹੁਣ ਲੱਭਣਗੇ, ਨਿਕਲਾਂਗੇ। ਇੱਕ ਸਵਾਲ ਨਾ, ਮੈਂ ਮਾਫ਼ੀ ਚਾਹੁੰਦਾ ਕਿ ਮੈਂ ਤੁਹਾਨੂੰ ਆਖਰੀ ਸਵਾਲ ਪੁੱਛਣ ਤੋਂ ਬਾਅਦ ਵੀ ਸਵਾਲ ਪੁੱਛ ਰਿਹਾ, ਪਰ ਲੋਕਾਂ ਨੂੰ ਜ਼ਰੂਰ ਦਿਲਚਸਪੀ ਹੋਏਗੀ ਇਸ ਸਵਾਲ ਦੇ ਵਿੱਚ। ਇੱਕ ਤਜਰਬੇ ਦੇ ਤੌਰ 'ਤੇ ਆਪਾਂ ਗੱਲ ਕਰੀਏ ਕਿ ਕੀ ਲੱਗਦਾ ਹੈ ਕਿ ਬਾਦਲਸ ਨੂੰ ਜੋ ਡੈਂਟ ਪੈ ਗਿਆ ਕਿ ਉਹ ਕਵਰ ਅਪ ਹੋ ਜਾਏਗਾ ਕਿ ਬਾਦਲਸ ਖਤਮ ਹੋ ਗਏ? ਨਹੀਂ, ਦੇਖੋ ਆਹ ਜਿਹੜਾ ਸਵਾਲ, ਨਹੀਂ
ਆਹ ਜਿਹੜਾ ਸਵਾਲ ਹੈ ਨਾ, ਇਹ ਇੱਕ ਪੋਲੀਟੀਕਲ ਸਵਾਲ ਹੈ। ਮੇਰਾ ਐਕਸਪਰਟੀਜ਼ ਪੋਲੀਟਿਕਸ ਦੇ ਉੱਤੇ ਹੈ ਨਹੀਂ, ਮੇਰਾ ਡਰਾਇੰਗ ਰੂਮ ਟਾਕ ਦੇ ਵਿੱਚ ਅਗਰ ਗੱਲ ਕਰੀਏ ਤਾਂ ਨਹੀਂ। ਕੀ ਹੁੰਦਾ, ਰਾਜਨੀਤੀ ਜਿਹੜੀ ਹੈ ਨਾ, ਇਹੋ ਜਿਹੀ ਚੀਜ਼ ਹੈ ਜਿਹਦੇ ਅੰਦਰ, ਜਿਹੜਾ ਚਰਚਿਲ ਇੱਕ ਵੇਲੇ ਪੂਰੇ ਇੰਗਲੈਂਡ ਦਾ ਹੀਰੋ ਸੀ, ਉਹ ਲੜਾਈ ਤੋਂ ਬਾਅਦ ਇਲੈਕਸ਼ਨ ਹਾਰ ਗਿਆ। ਤੁਸੀਂ ਪੋਲੀਟਿਕਸ ਦੇ ਅੰਦਰ ਇਹ ਕੁਛ ਨਹੀਂ ਕਿਹਾ ਜਾ ਸਕਦਾ ਕਿਹਦੇ ਉੱਤੇ ਕੀ ਚੱਲ ਰਿਹਾ ਹੈ। ਉਹ ਇੱਕ ਜਨਤਾ ਦੀ ਵੇਵ ਹੁੰਦੀ ਹੈ ਜਿਹੜੀ ਕਿਸੇ ਪਾਸੇ ਵੀ ਚੱਲ ਜਾਂਦੀ ਹੈ, ਅਤੇ ਉਹਨੂੰ ਅਸੀਂ ਅੱਜ ਦੇ ਹਾਲਾਤ ਤੋਂ ਅਸੈਸ ਨਹੀਂ ਕਰ ਸਕਦੇ। ਤੁਸੀਂ, ਮੇਰੀ ਆਪਣੀ ਨਜ਼ਰ ਹੈ ਵੀ ਸਾਨੂੰ ਕੋਈ ਵੀ ਪਾਰਟੀ ਹੋਵੇ, ਡੈਮੋਕ੍ਰੇਸੀ ਦੇ ਅੰਦਰ ਸੱਚ ਔਰ ਇਨਸਾਫ 'ਤੇ ਚੱਲਣੀ ਚਾਹੀਦੀ ਹੈ, ਇਮਾਨਦਾਰੀ ਨਾਲ ਚੱਲਣੀ ਚਾਹੀਦੀ ਹੈ। ਅੱਛਾ, ਉਹ ਜੇ ਚੱਲੋ ਤਾਂ ਤੁਹਾਨੂੰ ਕਦੇ ਵੀ ਏ ਜਾਂ ਬੀ ਦੇ ਵਿੱਚ ਬਹੁਤਾ ਫਰਕ ਨਹੀਂ ਦਿਸੇਗਾ। ਹੁਣ ਮਹਾਰਾਸ਼ਟਰ ਦੇ ਵਿੱਚ ਮੈਂ ਐਮਰਜੈਂਸੀ ਤੋਂ ਪਹਿਲਾਂ ਇੱਕ ਜ਼ਿਲ੍ਹੇ 'ਚ ਕੰਮ ਕਰ ਰਿਹਾ ਸਾਂ, ਸਾਰਾ ਪੀਰੀਅਡ ਐਮਰਜੈਂਸੀ ਦਾ ਕੀਤਾ ਉੱਥੇ। ਐਮਰਜੈਂਸੀ ਤੋਂ ਬਾਅਦ ਵੀ ਮੈਂ ਕਰੀਬ 1.5 ਸਾਲ ਉੱਥੇ ਰਿਹਾ, ਮੈਨੂੰ ਕਿਸੇ ਨੇ ਬਦਲਿਆ ਨਹੀਂ। ਉਹ ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਮੇਰੇ 3 ਸਾਲ ਤੋਂ ਉੱਪਰ ਹੋ ਗਿਆ ਅਤੇ ਮੈਨੂੰ ਬਦਲ ਦਿਓ। ਉਹ ਕਹਿੰਦੇ ਵੀ ਇਹ, ਫਿਰ ਉਸ ਤੋਂ ਬਾਅਦ ਮੈਨੂੰ ਬਦਲਿਆ ਗਿਆ। ਤੁਸੀਂ, ਮੇਰੇ ਖਿਆਲ ਦੇ ਵਿੱਚ ਜਿਹੜਾ ਹੈ ਨਾ, ਵੀ ਇੱਕ ਪਾਰਟੀ ਔਰ ਦੂਜੀ ਪਾਰਟੀ ਦਾ ਜੇਕਰ ਤੁਹਾਡੀ ਐਡਮਿਨਿਸਟ੍ਰੇਟਿਵ ਪ੍ਰਾਇਓਰਟੀਜ਼ ਫੇਅਰ ਹੋਣ ਤਾਂ ਬਹੁਤਾ ਫਰਕ ਨਹੀਂ ਪੈਂਦਾ ਵੀ। ਔਰ ਦੂਜਾ ਪੋਲੀਟੀਕਲੀ ਕਿੱਦਾਂ ਕੀ ਡੈਂਟ ਪਿਆ, ਇਹ ਛੋਟੇ ਮੋਟੇ ਇਲੈਕਸ਼ਨ ਦੇ ਨਾਲ ਰਿਲੇਟਡ ਸਬਜੈਕਟ ਹੁੰਦੇ ਆ, ਚੱਲਦੇ ਰਹਿੰਦੇ ਪੋਲੀਟਿਕਸ ਦੇ ਵਿੱਚ। ਗੱਲਬਾਤ ਦਾ ਨਿਚੋੜ ਕੱਢਦੇ ਹਾਂ ਅਸੀਂ। ਗੱਲਬਾਤ ਦਾ ਨਿਚੋੜ ਇਹ ਹੈ ਕਿ ਮੰਨਿਆ ਕਿ ਵਿਰਕ ਸਾਹਿਬ ਦੀ ਸੈਣੀ ਸਾਹਿਬ ਨਾਲ ਇੱਕ 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 ਜਾਤੀ ਤੌਰ ਦੇ ਉੱਤੇ ਸ਼ਾਇਦ ਇਹਨਾਂ ਦੀ ਆਪਸ 'ਚ ਕਿਸੇ ਤਰ੍ਹਾਂ ਨਾਲ ਲਾਗਡਾਟ ਹੋਏ, ਪਰ ਇਹਨਾਂ ਨੇ ਜੋ ਇੱਕ ਦਾਅਵੇ ਨਾਲ ਗੱਲ ਕਹੀ ਹੈ, ਦਾਅਵੇ ਨਾਲ ਗੱਲ ਇਹ ਕਹੀ ਹੈ ਕਿ ਜੋ ਵੀ ਇੰਸੀਡੈਂਟ ਹੋਇਆ, ਬਹਿਬਲ ਕਲਾਂ ਦੇ ਵਿੱਚ ਗੋਲੀ ਚੱਲੀ ਹੈ, ਬੰਦੇ ਮਰੇ ਨੇ, ਉਸ ਵਾਸਤੇ ਉਸ ਵਕਤ ਦਾ ਪੁਲਿਸ ਮੁਖੀ ਬਿਲਕੁਲ ਜ਼ਿੰਮੇਵਾਰ ਹੈ, ਉਸ ਵਕਤ ਦਾ ਮੁੱਖ ਮੰਤਰੀ ਬਿਲਕੁਲ ਜ਼ਿੰਮੇਵਾਰ ਹੈ, ਉਸ ਵਕਤ ਦਾ ਗ੍ਰਹਿ ਮੰਤਰੀ ਬਿਲਕੁਲ ਜ਼ਿੰਮੇਵਾਰ ਹੈ, ਪਰ ਇਨਸਾਫ ਕਿਵੇਂ ਮਿਲੇਗਾ, ਇਹ ਸਾਡਾ ਵੱਡਾ ਸਵਾਲ ਹੈ। ਇਨਸਾਫ ਅਦਾਲਤ ਨੇ ਦੇਣਾ। ਅਦਾਲਤ ਉਹ ਅਦਾਲਤ ਹੈ ਜਿਸ ਨੇ ਰਾਮ ਰਹੀਮ ਨੂੰ ਬਲਾਤਕਾਰ ਦੇ 18 ਸਾਲ ਪੁਰਾਣੇ ਕੇਸ ਦੇ ਵਿੱਚ ਜੇਲ੍ਹ ਭੇਜ ਦਿੱਤਾ। ਅਦਾਲਤ ਉਹ ਅਦਾਲਤ ਹੈ ਜਿਸ ਨੇ ਸੁੱਖੇ ਜਿੰਦੇ ਨੂੰ ਫਾਂਸੀ ਕੀਤੀ, ਜਿਸ ਨੇ ਸੁਖਵੰਤ ਸਿੰਘ ਨੂੰ ਫਾਂਸੀ ਕੀਤੀ, ਜਿਸ ਨੇ ਜਗਤਾਰ ਸਿੰਘ ਹਵਾਰਾ ਨੂੰ ਹੁਣ ਵੀ ਨਜ਼ਰਬੰਦ ਕਰਕੇ ਰੱਖਿਆ ਹੋਇਆ। ਇਸ ਅਦਾਲਤ ਦੇ ਵਿੱਚ ਇਨਸਾਫ ਕਿਵੇਂ ਮਿਲਦਾ? ਸਬੂਤਾਂ ਦੇ ਆਧਾਰ ਦੇ ਉੱਤੇ। ਸਬੂਤ ਕੀ ਨੇ ਕਿ ਉਹ ਗੋਲੀ ਚੱਲੀ ਹੈ, ਗੋਲੀ ਚਲਾਉਣ ਵਾਸਤੇ ਮੌਕੇ 'ਤੇ ਮੌਜੂਦ ਅਫਸਰਾਂ ਦਾ ਰੋਲ ਕੀ ਰਿਹਾ ਅਤੇ ਉਸਨਾਂ ਨੂੰ ਉੱਪਰੋਂ ਆਰਡਰ ਕੀ ਸੀਗੇ, ਉਹ ਸਬੂਤ ਦੇਣ ਨਾਲ ਇਨਸਾਫ ਮਿਲੇਗਾ। ਮਾਫ਼ੀ ਚਾਹੂੰਗਾ, ਬਰਗਾੜੀ ਮੋਰਚੇ ਵਾਲਿਆਂ ਨੂੰ ਮੇਰੀ ਗੱਲ ਬੁਰੀ ਲੱਗ ਸਕਦੀ ਹੈ, ਪਰ ਮੋਰਚੇ ਲਾ ਕੇ ਇਨਸਾਫ ਇੱਦਾਂ ਨਹੀਂ ਮਿਲਣਾ। ਇਨਸਾਫ ਦਾ ਰਾਹ ਅਦਾਲਤ ਦੇ ਵਿੱਚੋਂ ਨਿਕਲਦਾ ਅਤੇ ਅਦਾਲਤ ਨੇ ਇਨਸਾਫ ਦੇਣਾ। ਸ਼ਾਇਦ ਵਿਰਕ ਸਾਹਿਬ ਕੋਈ ਗੱਲ ਕਹਿਣਾ ਚਾਹੁੰਦੇ? ਮੈਂ ਕਹਿਣਾ ਚਾਹੁੰਦਾ ਕਿ ਸਾਰੇ ਪੁਲਿਸ ਅਫਸਰਾਂ ਨੂੰ ਵੀ ਇੱਕੋ ਤਰੀਕੇ ਨਾਲ ਨਹੀਂ ਦੇਖਣਾ ਚਾਹੀਦਾ। ਉਹਦੇ ਅੰਦਰ ਜ਼ਿਆਦਾ ਅਫਸਰ ਇਹੋ ਜਿਹੇ ਸੀ ਔਰ ਜਵਾਨ ਜਿਹੜੇ ਜਾਣਦੇ ਨੇ ਔਰ ਕਹਿੰਦੇ ਨੇ ਕਿ ਜੋ ਕੀਤਾ ਗਿਆ ਉਹ ਗਲਤ ਕੀਤਾ ਗਿਆ, ਉਹਨਾਂ ਨੂੰ ਘੱਟੋ ਘੱਟ ਜਿਹੜੇ ਬੰਦਿਆਂ ਨੇ ਗੋਲੀ ਚਲਾਈ ਹੈ ਉਹਨਾਂ ਦੇ ਬਰਾਬਰ ਨਹੀਂ ਰੱਖਣਾ ਚਾਹੀਦਾ। ਉਹ ਜੇਕਰ ਮੈਂ ਕਹਿੰਦਾ ਵੀ ਇਹ ਜ਼ਰੂਰੀ ਹੈ, ਜਿਨ੍ਹਾਂ ਨੇ ਚਲਾਈ ਗੋਲੀ ਉਹਨਾਂ 'ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਅਤੇ ਮੈਂ ਉੱਨੇ ਜ਼ੋਰ ਨਾਲ ਇਹ ਵੀ ਕਹਾਂਗਾ ਕਿ ਜਿਹੜੇ ਬੇਕਸੂਰ ਨੇ ਉਹਨਾਂ ਨੂੰ ਪ੍ਰੋਟੈਕਟ ਵੀ ਕੀਤਾ ਜਾਣਾ ਚਾਹੀਦਾ, ਉਹਨਾਂ ਦਾ ਬਚਾਅ ਕੀਤਾ ਜਾਣਾ ਚਾਹੀਦਾ, ਉਹਨਾਂ ਦੇ ਖਿਲਾਫ਼ ਕਿਸੇ ਵੀ ਤਰ੍ਹਾਂ ਦਾ ਐਕਸ਼ਨ ਨਹੀਂ ਹੋਣਾ ਚਾਹੀਦਾ। ਬਿਲਕੁਲ ਇਸੇ ਨੋਟ ਨਾਲ ਅਸੀਂ ਗੱਲ ਖਤਮ ਕਰਦੇ ਹਾਂ। ਅਸਲੀ ਦੋਸ਼ੀ ਨੂੰ ਟੰਗਿਆ ਜਾਣਾ ਚਾਹੀਦਾ, ਨਿਰਦੋਸ਼ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ, ਚਾਹੇ ਉਹ ਪੁਲਿਸ ਦੀ ਵਰਦੀ 'ਚ ਹੈ, ਚਾਹੇ ਉਹ ਚੋਲਾ ਪਾ ਕੇ ਬੈਠਾ ਹੋਇਆ, ਚਾਹੇ ਉਹ ਟੋਪੀ ਲੈ ਕੇ ਬੈਠਾ ਹੋਇਆ। ਧੰਨਵਾਦ ਜੀ।